ਨਮਸਕਾਰ, ਸਤਿ ਸ਼੍ਰੀ ਅਕਾਲ, ਅਦਾਬ ਸਾਰੇ ਦੋਸਤਾਂ ਦਾ, ਵੀਰਾਂ ਦਾ ਸਵਾਗਤ। ਲਾਈਵ ਕਾਲਸ, ਲਾਈਵ ਕਾਲਸ ਜਦੋਂ ਵੀ ਅਸੀਂ ਲੈਂਦੇ ਹਾਂ, ਸਾਨੂੰ ਪਤਾ ਲੱਗਦਾ ਵੈ ਤੁਹਾਡੀਆਂ ਕੀ ਪ੍ਰੋਬਲਮਸ ਨੇ, ਉਹਨਾਂ ਪ੍ਰੋਬਲਮਸ ਨੂੰ ਅਸੀਂ ਡਿਸਕਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਕਸਰ ਜਦੋਂ ਵੀ ਲੋਕ ਰੋਜ਼ ਸਾਡੇ ਕੋਲ ਦਫ਼ਤਰ ਦੇ ਵਿੱਚ ਆਉਂਦੇ ਆ, ਹਰ ਕਿਸੇ ਦੀ ਵੱਖਰੀ ਵੱਖਰੀ ਪ੍ਰੋਬਲਮ ਹੁੰਦੀ ਹੈ। ਅੱਜ ਦੀ ਡੇਟ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਕੈਨੇਡਾ ਵੀਜ਼ਾ ਰਿਫਿਊਜ਼ ਹੁੰਦਾ ਪਿਆ ਵਾ ਲੋਕਾਂ ਦਾ। ਕਿਸੇ ਦਾ 2 ਵਾਰ ਰਿਫਿਊਜ਼ ਹੈ, ਕਿਸੇ ਦਾ 4 ਵਾਰ ਰਿਫਿਊਜ਼ ਹੈ, ਕਿਸੇ ਦਾ ਕੋਰਸ ਦੀ ਗਲਤ ਚੋਣ ਕਾਰਨ ਵੀਜ਼ਾ ਰਿਫਿਊਜ਼ ਹੋ ਰਿਹਾ ਵਾ, ਫੰਡ ਨਾ ਲਗਾਏ ਜਾਣ ਕਰਕੇ ਵੀਜ਼ਾ ਰਿਫਿਊਜ਼ ਹੋ ਰਿਹਾ ਵਾ, ਕੋਈ ਕਾਲਜ ਦੀ ਫੀਸ ਨਹੀਂ ਪੇ ਕਰਦਾ ਪਿਆ, ਕਿਸੇ ਨੇ GIC ਨਹੀਂ ਉਤਾਰਿਆ ਹੋਇਆ, ਕਿਸੇ ਨੇ ਗੈਪ ਨੂੰ ਗਲਤ ਤਰੀਕੇ ਨਾਲ ਡਿਫਾਈਨ ਕੀਤਾ ਹੋਇਆ, ਨਕਲੀ ਕਾਗਜ਼ ਲਗਾ ਕੇ ਲੋਕ ਅਪਲਾਈ ਕਰਨ ਦੀ ਕੋਸ਼ਿਸ਼ ਕਰਦੇ ਜਿਹਨਾਂ ਨਾਲ ਵੀਜ਼ਾ ਰਿਫਿਊਜ਼ ਹੁੰਦਾ। ਜੇਕਰ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਦਾ ਵਾ, ਜਾਂ ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕੀ ਤੁਹਾਡੇ ਇਸ਼ੂਸ ਨੇ ਔਰ ਕਿੱਦਾਂ ਉਹਨਾਂ ਪ੍ਰੋਬਲਮ 'ਚ ਬਾਹਰ ਨਿਕਲੇ, ਤੁਸੀਂ ਲਾਈਵ ਕਾਲਸ ਕਰਕੇ, ਤੁਹਾਨੂੰ ਨੰਬਰ ਇੱਕ ਦਿੱਤਾ ਹੋਇਆ ਸੀ ਅਸੀਂ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਆਪਣੇ ਬਾਹਰ ਜਾਣ ਸੰਬੰਧੀ ਸਾਰੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਨਾਲ ਦੀ ਨਾਲ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਆਪਣਾ ਨੰਬਰ ਛੱਡ ਸਕਦੇ ਹੋ, ਜੇ ਇਸ ਸ਼ੋਅ ਦੇ ਦੌਰਾਨ, ਇਸ ਪ੍ਰੋਗਰਾਮ ਦੇ ਦੌਰਾਨ ਤੁਹਾਡੀ ਫਾਈਲ ਨਹੀਂ ਵੀ ਲੱਗਦੀ ਸਾਨੂੰ ਕਾਲ, ਅਸੀਂ ਬਾਅਦ 'ਚ ਵੀ ਤੁਹਾਨੂੰ ਕਾਲ ਕਰ ਲਾਂਗੇ। ਮੈਂ ਨਾਲ ਦੀ ਨਾਲ ਕਾਲ ਲੈਣੀਆਂ ਸ਼ੁਰੂ ਕਰੂੰਗਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਸਰ ਜੀ, ਕੀ ਨਾਮ ਹੈ ਤੁਹਾਡਾ ਜੀ? ਹਾਂਜੀ ਸਰ, ਪ੍ਰਭਜੋਤ ਕੌਰ। ਹਾਂਜੀ, ਕੀ ਜਾਣਨਾ ਚਾਹੁੰਦੇ ਪ੍ਰਭਜੋਤ ਜੀ? ਸਰ ਮੈਂ ਨਾ ਤੁਹਾਡੇ ਇੱਥੇ ਆਫਿਸ 'ਚ ਆਈ ਹਾਂ ਪਹਿਲਾਂ। ਹਾਂਜੀ। ਤੇ ਮੈਨੂੰ ਕੀ ਪੁੱਛ ਕੇ ਗਈ, ਮੈਂ ਸਾਰਾ ਨਾਲ ਫਾਈਲ ਲਗਾਈ। ਹਾਂਜੀ। ਕਹਿੰਦੇ ਜੀ ਆਈਲੈਟਸ ਕਰੋ, ਤੇ 17 'ਚ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋਈ। ਤੁਹਾਡੇ ਆਈਲੈਟਸ ਦੇ ਵਿੱਚ ਕਿੰਨੇ ਬੈਂਡ ਨੇ ਮੈਡਮ? ਉਸ ਤੋਂ ਬਾਅਦ ਉਹਨਾਂ ਨੇ ਫਿਰ ਸਾਰਾ ਇਹ ਵੀ ਪੁੱਛਣਾ ਕਿੱਥੇ ਜੋਬ ਕਰ ਰਹੇ, ਜਿਸ ਤਰ੍ਹਾਂ ਪੇ ਦਾ ਵੀ ਹੁੰਦਾ ਨਾ ਕਿ ਪੇ ਵੀ ਕਾਊਂਟ 'ਚ ਆਣੀ ਚਾਹੀਦੀ, ਤੁਹਾਡੀ ਪੇ ਵੀ ਖਾਤੇ ਜਾਂਦੀ ਹੋਣੀ ਚਾਹੀਦੀ ਹੈ ਜੀ। ਜੇ ਤੁਸੀਂ ਫਾਈਲ ਲਾਣੀ ਹੈ ਆਸਟ੍ਰੇਲੀਆ ਨੂੰ, ਤਾਂ ਫੇਰ ਇਹ ਸਾਰਾ ਕੁਝ ਚਾਹੀਦਾ ਤੁਹਾਨੂੰ। ਜੇ ਤੁਸੀਂ ਕੈਨੇਡਾ ਨੂੰ ਲਾਣੀ, ਫਿਰ ਕੋਈ ਕਾਗਜ਼ ਨਹੀਂ ਬਣਾਉਣਾ ਇੱਦਾਂ ਦਾ। ਤੁਸੀਂ ਇੱਕ ਕਾਗਜ਼ ਦੇ ਉੱਤੇ ਲਿਖ ਕੇ ਦੇਣਾ ਵਾ ਕਿ ਤੁਸੀਂ 2 ਸਾਲ ਕੀ ਕੀਤਾ, 2 ਸਾਲਾਂ 'ਚ ਤੁਸੀਂ 6 ਮਹੀਨੇ ਤਾਂ ਆਈਲੈਟ ਦੀ ਕੋਚਿੰਗ ਲਈ ਹੋਏਗੀ। ਹਾਂਜੀ ਹਾਂਜੀ। ਬਾਕੀ 1.5 ਸਾਲ 'ਚ ਤੁਸੀਂ ਕਹਿ ਸਕਦੇ ਹੋ ਤੁਸੀਂ ਟਿਊਸ਼ਨਾਂ ਪੜ੍ਹਾਉਂਦੇ ਹੋ ਬੱਚਿਆਂ ਨੂੰ, ਜਾਂ ਤੁਹਾਡਾ ਬੁਟੀਕ ਆ, ਜੋ ਵੀ ਤੁਸੀਂ ਕੀਤਾ ਨਾ, ਸੱਚ ਲਿਖਣਾ ਤੁਸੀਂ ਸਾਰਾ ਕੁਛ। ਮੈਡਮ ਤੁਸੀਂ ਕੋਈ ਵੀ ਨਕਲੀ ਕਾਗਜ਼ ਨਹੀਂ ਲਾਣਾ, 5 ਸਾਲ ਤੱਕ ਦਾ ਗੈਪ ਚੱਲ ਜਾਂਦਾ ਕੈਨੇਡਾ 'ਚ। 5 ਸਾਲ ਤੱਕ ਦਾ ਗੈਪ ਹੋਵੇ, ਨਹੀਂ ਕੋਈ ਲੋੜ ਤੁਹਾਨੂੰ ਕਾਗਜ਼ ਲਾਣ ਦੀ, ਉਹ ਵੀਜ਼ਾ ਦੇ ਦਿੰਦੇ, ਉਦਾਂ ਹੀ ਦੇ ਦਿੰਦੇ। ਤੁਸੀਂ ਆਈਲੈਟ ਕਰ ਲੋ, ਬਾਕੀ ਕੰਮ ਸਾਡਾ ਜੀ ਸਾਰਾ, ਕੋਈ ਕਾਗਜ਼ ਨਹੀਂ, ਆਪਾਂ ਜਾਲੀ ਲਾਣਾ ਜੀ। ਹਾਂਜੀ, ਵਿਨੇ ਬੋਲ ਰਿਹਾ ਜੀ ਮੈਂ। ਤੁਸੀਂ ਆਈਲੈਟ ਕਰ ਲੋ, ਆਈਲੈਟ ਕਰਕੇ ਸਾਡੇ ਕੋਲ ਆ ਜਾਓ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਬਲਰਾਜ ਸਿੰਘ ਹੈ ਜੀ। ਬਲਰਾਜ ਸਿੰਘ ਜੀ, ਕੀ ਜਾਣਨਾ ਚਾਹੁੰਦੇ ਹੋ ਜੀ? ਆਪਣਾ ਫਾਈਲ ਹੋਣੀ ਸੀ। ਅੱਛਾ ਜੀ, ਕਿੰਨਾ ਪੜ੍ਹੇ ਤੁਸੀਂ? ਆਪਣਾ ਟੂਰਿਸਟ ਵੀਜ਼ਾ ਦੀ। ਟੂਰਿਸਟ ਵੀਜ਼ਾ ਦੀ, ਕੀ ਕਾਰੋਬਾਰ ਕਰਦੇ ਤੁਸੀਂ? ਖੇਤੀਬਾੜੀ ਹੈ ਜੀ ਆਪਣੇ। ਕਿੰਨੀ ਪਹਿਲੀ ਕਿੰਨੀ ਵੀਰ ਤੁਹਾਡੇ ਕੋਲ? ਅਜੇ ਆਪਣੇ ਕੋਲ 30 ਕਿੱਲੇ। ਬਹੁਤ ਹੈ ਵੀਰੇ, ਆਪਣੀ ਆਮਦਨ ਦੇ ਸਾਰੇ ਪ੍ਰੂਫ ਦਿਖਾਓ, ਜੇ ਫਾਰਮ ਜਮ੍ਹਾਂ ਬੰਦੀਆਂ ਦਿਓ, ਲੱਗ ਜਾਣਾ ਵੀਜ਼ਾ ਤੁਹਾਡਾ। ਬਾਹਰੋਂ ਕੁਛ ਨੀ ਚਾਹੀਦਾ, ਆਪਾਂ ਟੂਰਿਸਟ ਵੀਜ਼ਾ ਅਪਲਾਈ ਕਰਾਂਗੇ ਹੋਟਲ ਬੁਕਿੰਗ ਕਰਕੇ। ਫਿਰ ਉਹਦੇ ਕਾਗਜ਼ ਮੰਗਾ ਲੈਂਦੇ ਉਹਦੇ ਕੋਲੋਂ। ਹਾਂਜੀ, ਫਿਰ ਉਹਦੇ ਕੋਲ ਸਪੌਂਸਰ ਮੰਗਾ ਲਓ, ਲੱਗ ਜਾਣਾ ਵੀਜ਼ਾ, ਕੋਈ ਪ੍ਰੋਬਲਮ ਨਹੀਂ ਹੈਗੀ। ਬਹੁਤ ਸੋਹਣਾ ਕੇਸ ਆ ਤੁਹਾਡਾ। ਠੀਕ ਹੈ ਜੀ। ਕਿੰਨੇ ਸਰ, 10 ਸਾਲ ਲੱਗੂ ਜੀ?
ਹਾਂਜੀ 10 ਸਾਲ ਦਾ ਜੀ, ਜਦੋਂ ਤੱਕ ਦਾ ਪਾਸਪੋਰਟ ਵੈਲਿਡ ਹੋਊਗਾ ਉਦੋਂ ਤੱਕ ਦਾ ਲੱਗੂਗਾ ਜੀ। ਠੀਕ ਹੈ ਜੀ, ਓਕੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਓਕੇ, ਥੈਂਕ ਯੂ, ਓਕੇ ਜੀ, ਓਕੇ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਵੀਰੇ, ਆਪਣਾ ਸਵਾਲ ਪੁੱਛੋ ਜੀ। ਅਕਸਰ ਲੋਕ ਗਲਤ ਕਾਗਜ਼ਾਂ ਦੇ ਚੱਕਰ ਦੇ ਵਿੱਚ ਆਪਣਾ ਵੀਜ਼ਾ ਰਿਫਿਊਜ਼ ਕਰਾ ਲੈਂਦੇ ਆ। ਗੈਪ ਹੈਗਾ, ਗੈਪ ਨੂੰ ਖਾਲੀ ਛੱਡੋ, ਕਦੀ ਵੀ ਕੈਨੇਡਾ ਦੇ ਗੈਪ ਨੂੰ ਜਾਲੀ ਕਾਗਜ਼ਾਂ ਨਾਲ ਪੂਰਾ ਕਰਨ ਦੀ ਕੋਸ਼ਿਸ਼ ਨਾ ਕਰੋ, ਬੈਨ ਲੱਗ ਸਕਦਾ ਤੁਹਾਡੇ 'ਤੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਸਰ ਜੀ, ਕੀ ਨਾਂ ਜੀ ਤੁਹਾਡਾ? ਸਰ ਰਾਜਨਦੀਪ ਮੇਰਾ ਨਾਮ। ਹਾਂਜੀ, ਕੀ ਜਾਣਨਾ ਚਾਹੁੰਦੇ ਰਾਜਨ? ਸਰ ਮੈਂ ਕੈਨੇਡਾ ਬਾਰੇ ਸਰ ਇਨਫੋਰਮੇਸ਼ਨ ਲੈਣਾ ਚਾਹੁੰਦਾ। ਇੱਕ ਵਾਰ ਰਿਫਿਊਜ਼ ਦਾ ਕੇਸ ਮੇਰਾ ਤਾਂ ਤੇਰਾ ਕੇਸ ਰਿਫਿਊਜ਼ ਹੈ ਪਹਿਲਾਂ? ਹਾਂਜੀ। ਰਾਜਨ ਪੜ੍ਹੇ ਕਿੰਨਾ ਹੋਏ ਤੁਸੀਂ? ਸਰ ਮੇਰੀ ਵਾਈਫ ਦੀ ਆ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ, ਜਦੋਂ ਪਹਿਲਾਂ ਰਿਫਿਊਜ਼ ਲਈ ਉਹ ਤਾਂ ਓਵਰਆਲ ਠੀਕ ਸੀ, 2.5 ਸੀ, ਹੁਣ ਦੁਬਾਰਾ ਦੱਸ ਦਿੱਤਾ ਈਚ 6 ਆ। ਹਾਂਜੀ, ਈਚ 6 ਦੇ ਨਾਲ ਨਾ ਕਿਸੇ ਵੀ ਸਰਕਾਰੀ ਕਾਲਜ ਦੇ ਵਿੱਚ ਦਾਖਲਾ ਹੋ ਜਾਣਾ ਤੁਹਾਡਾ। ਠੀਕ ਹੈ ਜੀ, ਜਿਹਦੇ 'ਚ ਕੋਈ ਪ੍ਰੋਬਲਮ ਨਹੀਂ ਆਉਣੀ। ਪਹਿਲਾਂ ਰਿਫਿਊਜ਼ ਜਦੋਂ ਹੋਇਆ ਕੀ ਰੀਜ਼ਨ ਕੀ ਆਇਆ ਸੀਗਾ? ਸਰ ਉਹਨਾਂ ਦਾ ਰੀਜ਼ਨ ਇਹ ਦਿੱਤਾ ਹੈ ਕਿ ਤੁਹਾਡਾ ਕੋਰਸ ਮਿਸਮੈਚ ਆ। ਅਤੇ ਕੋਰਸ ਕਿਹੜਾ ਲਿਆ ਸੀ ਤੁਸੀਂ? ਸਰ ਕੋਰਸ ਲਿਆ ਸੀ ਅਰਲੀ ਚਾਈਲਡਹੁੱਡ। ਬੀਐਡ ਕੀਤੀ ਹੋਈ ਤੁਹਾਡੀ ਵਾਈਫ ਨੇ? ਨਹੀਂ ਸਰ, ਬੀਏ ਕੀਤੀ ਹੈ। ਮੇਰਾ ਵੀਰ ਬੀਏ ਦੇ ਨਾਲ ਨਹੀਂ ਨਾ, ਜਿਹਨੇ ਟੀਚਰ ਦਾ ਕੋਰਸ ਕੀਤਾ ਜੀ ਉਹਨੂੰ ਕਿੱਦਾਂ ਟੀਚਰ ਦੇ ਸਰ ਨਾਲ ਤੁਸੀਂ ਮਿਲਾਓਗੇ? ਅਰਲੀ ਚਾਈਲਡਹੁੱਡ ਅਰਲੀ ਚਾਈਲਡਹੁੱਡ ਕੋਰਸ ਹੁੰਦਾ, ਛੋਟੇ ਨਿਆਣਿਆਂ ਨੂੰ ਪੜ੍ਹਾਉਣ ਦਾ ਕੋਰਸ ਹੁੰਦਾ ਵਾ। ਇਹ ਕੋਰਸ ਨਾ ਟੀਚਰਾਂ ਨੂੰ ਵੀਜ਼ਾ ਮਿਲਦਾ ਵਾ। ਗਲਤ ਕੋਰਸ ਕਰ ਲੈਣ ਕਾਰਨ ਤੁਹਾਡਾ ਰਿਫਿਊਜ਼ਲ ਹੋਇਆ, ਅਗਲੀ ਵਾਰੀ ਤੁਸੀਂ ਪੋਸਟ ਗ੍ਰੈਜੂਏਸ਼ਨ ਦਾ ਕੋਰਸ ਲੈਣਾ, ਉਹਦੇ 'ਚ ਵੀਜ਼ਾ ਮਿਲ ਜੂਗਾ ਤੁਹਾਨੂੰ। ਸਰ ਬਿਜ਼ਨਸ ਦਾ ਕੋਰਸ ਲੈ ਸਕਦੇ ਹਾਂ? ਬਿਜ਼ਨਸ ਦਾ ਲੈ ਸਕਦੇ ਹਾਂ, ਬਟ ਬਿਜ਼ਨਸ ਤੁਹਾਡਾ ਪੋਸਟ ਗ੍ਰੈਜੂਏਟ ਲੈਵਲ ਦਾ ਹੋਣਾ ਚਾਹੀਦਾ। ਠੀਕ ਹੈ ਜੀ, ਤੁਸੀਂ ਕੱਲ ਨੂੰ ਸਵੇਰੇ ਆ ਜਾਓ, ਮੈਂ ਤੁਹਾਨੂੰ ਜਲੰਧਰ ਮਿਲ ਲੂੰਗਾ ਜੀ। ਠੀਕ ਹੈ ਜੀ, ਓਕੇ ਸਰ। ਠੀਕ ਹੈ, ਇਸ ਨੰਬਰ 'ਤੇ ਤੁਸੀਂ ਵਟਸਐਪ ਦੇ ਜ਼ਰੀਏ ਆਪਣੇ ਕਾਗਜ਼ ਵੀ ਸੈਂਡ ਕਰ ਦਿਓ, ਮੈਂ ਕਾਗਜ਼ ਵੀ ਚੈੱਕ ਕਰ ਲੈਣਾ, ਨਹੀਂ ਤਾਂ ਤੁਸੀਂ ਸਵੇਰ ਨੂੰ ਆ ਜਾਓ ਕਾਗਜ਼ ਲੈ ਕੇ। ਠੀਕ ਹੈ ਸਰ, ਪੈਕੇਜ ਵਗੈਰਾ ਕਰਦੇ ਨਾ ਤੁਸੀਂ? ਹਾਂ, ਤੁਸੀਂ ਆ ਜਾਓ ਸਵੇਰੇ, ਆ ਜਾਓ, ਆਪਾਂ ਸਾਰੀ ਗੱਲ ਬਹਿ ਕਰ ਲਾਂਗੇ। ਠੀਕ ਹੈ, ਧੰਨਵਾਦ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੁੱਛੋ, ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੈਨੇਡਾ ਲਈ ਫਾਈਲ ਲਾਉਣੀ ਆਪਾਂ। ਅੱਛਾ ਜੀ, ਕਿੰਨਾ ਪੜ੍ਹੇ ਜੀ ਤੁਸੀਂ? ਨਹੀਂ, ਮੈਂ 10th ਕੀਤੀ ਵੀ ਹੈ ਜੀ। 10th ਕਦੋਂ ਕਰੀ ਜੀ ਤੁਸੀਂ? 10th ਹੋ ਗਈ, ਉਹ ਵੀ 2009 'ਚ ਕੀਤੀ ਜੀ। ਬੜਾ ਟਾਈਮ ਹੋ ਗਿਆ, ਫਿਰ ਕੀਤਾ ਕੁਛ ਨਹੀਂ ਉਹ ਤੋਂ ਬਾਅਦ ਜੀ? ਨਹੀਂ, ਉਹ ਤੋਂ ਬਾਅਦ ਹੀ ਖੇਤੀਬਾੜੀ ਹੋ ਜੀ। ਕਿੰਨੀ ਪਹਿਲੀ ਕਿੰਨੀ ਆਉਂਦੀ ਜੀ ਤੁਹਾਨੂੰ? 3 ਕਿੱਲੇ। ਇਹ ਤਾਂ ਵੀ ਔਖਾ ਹੈ ਯਾਰ, ਇੰਨੇ ਬਿਲ ਕਿੱਲਿਆਂ ਨਾਲ ਤਾਂ ਨਹੀਂ ਲੱਗਣਾ ਵੀਜ਼ਾ ਯਾਰ। ਅੱਛਾ ਜੀ, ਹੋਰ ਕੋਈ ਰਸਤਾ ਹੈ ਨਹੀਂ ਜੀ? ਨਹੀਂ ਵੀਰ, ਔਖਾ ਹੈ ਯਾਰ। ਕਿਸੇ ਕੋਈ ਸਪੋਂਸਰ ਮੰਗਾ ਲਾ, ਰਾਹਦਾਰੀ ਕੋਈ ਪੱਕਾ ਬੰਦਾ ਹੈਗਾ ਤੇਰਾ ਰਿਸ਼ਤੇਦਾਰ ਕੈਨੇਡਾ 'ਚ? ਨਹੀਂ ਸਰ, ਕੋਈ ਨਹੀਂ ਹੈਗਾ ਆਪਣਾ ਉੱਥੇ। ਨਹੀਂ ਵੀਰ, ਫਿਰ ਤਾਂ ਔਖਾ ਹੈ ਯਾਰ, ਐਵੇਂ ਏਜੰਟਾਂ ਦੇ ਹੱਥ ਨਾ ਚੜ ਜੀ, ਮੁੜ ਕੇ ਪੈਸੇ ਲੈ ਕੇ ਲੱਭਣਾ ਨਹੀਂ ਮੁੜ ਕੇ ਕਿਸੇ ਨੇ। ਠੀਕ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਜੀ, ਕੀ ਨਾਂ ਜੀ ਤੁਹਾਡਾ? ਹਾਂਜੀ ਭਾਜੀ, ਭਾਜੀ ਮੈਂ ਯੂਕੇ ਬਾਰੇ ਪੁੱਛਣਾ ਚਾਹੁੰਦਾ ਸੀਗਾ। ਹਾਂਜੀ ਪੁੱਛੋ ਭਾਈ। ਯੂਕੇ ਦਾ ਅੱਜ ਕੱਲ੍ਹ ਕਹਿੰਦੇ ਕਿ ਵੀਜ਼ਾ ਖੁੱਲ ਗਏ ਯੂਕੇ ਦੇ, ਭਾਜੀ ਕੀ ਇਹ ਮੈਂ ਪੁੱਛਣਾ ਚਾਹੁੰਦਾ ਸੱਚ ਹੈ ਜੇ? ਮੇਰੇ ਬੰਦ ਤਾਂ ਕਦੀ ਵੀ ਨਹੀਂ ਸੀ ਹੋਏ ਯਾਰ ਇਹ। ਅੱਛਾ ਜੀ, ਕਹਿੰਦੇ ਯੂਕੇ ਨੇ ਹੁਣ ਵੀਜ਼ੇ, ਜਿੱਦਾਂ ਹੁਣ ਭਾਈ ਮੈਂ ਸਟੱਡੀ ਕੀਤੀ ਹੈ 2015 ਦੇ ਵਿੱਚ, ਠੀਕ ਹੈ ਜੀ। ਹਾਂਜੀ, ਤੇ ਮੇਰੇ 5.5 ਮਿੰਟ 'ਚ ਕੈਨੇਡਾ ਰਿਫਿਊਜ਼ ਹੋਇਆ ਵਾ ਜੀ। ਅੱਛਾ ਜੀ। ਹਾਂਜੀ, ਤੇ ਮੈਂ ਕਿਹਾ ਹੁਣ ਜਿੱਦਾਂ ਮੇਰੇ ਇੰਗਲਿਸ਼ ਚੋਂ ਨੰਬਰ ਜਿਹੜੇ ਹੈਗੇ ਆ 63% ਬਣਦੇ ਆ, 55 ਨੰਬਰ ਹੈਗੇ ਆ, ਤੇ ਯੂਕੇ ਸਹੀ ਰਹੂਗਾ ਮੈਨੂੰ ਅਪਲਾਈ ਕਰਨ ਲਈ ਭਾਜੀ? ਫਿਰ ਯੂਕੇ ਬੰਦ ਨਹੀਂ ਸੀ ਹੋਇਆ ਕਦੀ ਵੀ, ਯੂਕੇ ਅੱਜ ਵੀ ਚੱਲਦਾ। ਯੂਕੇ ਦੀ ਪ੍ਰੋਬਲਮ ਇਹ ਆ ਵੀ ਉੱਥੇ ਪੜ੍ਹ ਕੇ ਵਾਪਸ ਆਉਣਾ ਪੈਂਦਾ ਉੱਥੋਂ। ਅੱਛਾ ਜੀ, 2-3 ਸਾਲ, 2 ਸਾਲ 3 ਸਾਲ ਲਾ ਲੂੰਗਾ, 4 ਲਾ ਲੂੰਗਾ, ਪੱਕਾ ਥੋੜੀ ਹੁੰਦਾ ਉੱਥੇ ਬੰਦਾ। ਅੱਛਾ ਜੀ, ਯੂਕੇ ਦੇ ਕਾਨੂੰਨ ਦੇ ਵਿੱਚ ਪੱਕਾ ਕਰਨਾ ਹੈ ਹੀ ਨਹੀਂ ਕਿਸੇ ਨੂੰ, ਪੱਕਾ ਨਹੀਂ ਹੁੰਦਾ। ਤੇ ਐਵੇਂ ਉੱਥੇ 5-7-10 ਲੱਖ ਲਾ ਕੇ ਜਾਊਂਗਾ, ਮੁੜ ਕੇ ਮੁੜ ਆਊਂਗਾ 2 ਸਾਲ ਬਾਅਦ, ਕੀ ਫਾਇਦਾ? ਇਹ ਵੀ ਗੱਲ ਸਹੀ ਹੈ ਭਾਜੀ, ਇਹ ਵੀ ਗੱਲ ਸਹੀ ਹੈ। ਦੇਖ, ਮਾਂ ਬਾਪ ਨੇ ਨਾ ਇੱਕ ਵਾਰੀ ਪੈਸੇ ਖਰਚਣੇ ਹੁੰਦੇ ਜ਼ਿੰਦਗੀ 'ਚ। ਹਾਂਜੀ ਹਾਂਜੀ, ਉਹ ਤਾਂ ਹੈ। ਅੱਜ ਪੈਸੇ ਲਾ ਕੇ ਚੱਲ ਜੂੰਗਾ, ਮੁੜ ਕੇ 2-4 ਸਾਲਾਂ ਬਾਅਦ ਮੁੜਿਆ, ਮੁੜ ਕੇ ਲੱਭਣਾ ਕੁਛ ਨਹੀਂ ਫਿਰ। ਠੀਕ ਹੈ, ਜੇ ਭਾਈ ਮੈਂ ਕੈਨੇਡਾ ਦਾ ਬਣਾਉਣਾ ਹੋਵੇ ਕਿੱਦਾਂ ਬਣ ਸਕਦਾ ਆ? ਕੈਨੇਡਾ ਬੈਂਡ ਲੈ, ਥੋੜ੍ਹੇ ਜਿਹੇ 6-6.5 ਬੈਂਡ ਲੈ, ਮਾਸਟਰਸ ਵਾਸਤੇ ਅਪਲਾਈ ਕਰ ਲਾ, ਆਜੂਗਾ ਵੀਜ਼ਾ ਤੇਰਾ। ਠੀਕ ਹੈ ਜੀ ਮਾਸਟਰ, ਜਿਹੜਾ ਗੈਪ ਆ ਭਾਈ 3-4 ਸਾਲ ਦਾ, ਇਹਦਾ ਕੋਈ ਰੀਜ਼ਨ? 5 ਸਾਲ ਦਾ ਗੈਪ ਚੱਲ ਜਾਂਦਾ ਹੈ, ਤੂੰ ਸਿਰਫ ਆਈਲੈਟ ਤੇ ਇੰਪਰੂਵਮੈਂਟ ਕਰ ਆਪਣਾ, ਆਪਣੇ ਬੈਂਡ ਚੰਗੇ ਲੈ ਲਾ, ਬਾਕੀ ਕੰਮ ਸਾਡਾ। ਇੱਥੇ ਜਲੰਧਰ, ਹਾਂਜੀ, ਤੇ ਉਹ ਕਹਿੰਦੇ ਕਹਿੰਦੇ ਕੈਨੇਡਾ ਸਰ ਯੂਕੇ ਦਾ ਲੈ ਲਓ ਸਟੱਡੀ ਵੀਜ਼ਾ, ਉੱਥੋਂ ਕੈਨੇਡਾ ਜਾ ਕੇ ਉੱਥੇ ਯੂਕੇ ਜਾ ਕੇ ਵੀਜ਼ਾ ਲਵਾ ਲਓ ਕੈਨੇਡਾ ਦਾ, ਜੇ ਨਾ ਲੱਗਾ ਫਿਰ।
ਉਹੀ ਤਾਂ ਚਲੋ ਹੁਣ ਇੱਥੋਂ ਮੈਂ ਆਇਲਟਸ ਕਰ ਲਵਾਂ, ਮੇਰਾ ਸਟੱਡੀ ਵੀਜ਼ਾ ਨਾ ਲੱਗੇ, ਫਿਰ ਇਹ ਵੀ ਰੀਜ਼ਨ ਬਣ ਜਾਂਦਾ ਨਾ ਜੀ ਪਿੱਛੇ ਦਾ ਕਿ ਜੇ ਹੁਣ ਬਣਦਾ ਪਿਆ ਮੈਂ ਕਿਹਾ ਬਣਾ ਕੇ ਦੇਖ ਲਈਏ। ਤੁਸੀਂ ਕਰਦੇ ਹੋ ਭਾਈ ਯੂਕੇ? ਨਹੀਂ ਨਹੀਂ ਅਸੀਂ ਵੀ ਭੇਜ ਦਾਂਗੇ, ਬਟ ਭੇਜਣ ਦਾ ਫਾਇਦਾ ਤਾਂ ਨਾ ਜੇ ਕੰਮ ਸਿਰੇ ਚੜੇ ਉੱਥੇ ਜਾ ਕੇ, ਜੇ ਉੱਥੋਂ ਵਿਜ਼ਟਰ ਨੂੰ ਆ ਕੇ ਨਿਕਲ ਜੇ ਲੱਗ ਗਿਆ ਸਟੱਡੀ ਆਪਾਂ ਪ੍ਰੋਪਰ ਕਰਦੇ ਹਾਂ, ਵਿਜ਼ਟਰ ਆ ਕੇ ਦੇਖ ਲਾਂਗੇ। ਹਾਂ ਦੇਖ ਲਾ ਮੇਰਾ ਵੀਰ, ਜੇ ਰਿਸਕ ਲੈਣ ਨੂੰ ਤਿਆਰ ਹੈਗਾ ਤੂੰ ਭੇਜ ਦਿੰਦੇ ਭਰਾਵਾ ਤੈਨੂੰ, ਕਿਉਂਕਿ ਹੁਣ 6 ਬੈਂਡ ਤੇ ਈਚ 6 ਤਾਂ ਸਾਨੂੰ ਪਤਾ ਆਣੇ ਨੀਗੇ ਜੀ, 5.5 ਬੈਂਡ ਆ ਮੇਰੇ ਪਿੰਡ ਜਿਹਾ ਬੰਦਾ ਮੈਂ, ਠੀਕ ਹੈ ਨਾ ਜੀ, ਤੇ ਮੈਨੂੰ ਪਤਾ ਮੇਰੇ 6 ਤਾਂ ਆਣੇ ਨੀ ਹੈਗੇ ਸਾਰਿਆਂ ਚੋਂ, ਟਾਈਮ ਵੀ ਵੇਸਟ ਹੋਈ ਜਾਂਦਾ ਆ। ਪੜੇ ਕਿੰਨਾ ਹੋਏ ਜੀ? ਜਿੱਦਾਂ ਮੇਰੇ ਨਾਲ ਦੇ ਵੀਜ਼ੇ ਲੱਗੇ ਨਾ 2 ਦਿਨ ਦੇ, ਤੁਸੀਂ ਪੜੇ ਕਿੰਨਾ ਹੋਏ ਜੀ? ਪੜੇ ਜੀ 12ਵੀਂ ਪੜਿਆ 2015 ਚ ਮੈਂ, ਨੋਨ ਮੈਡੀਕਲ ਚ। ਕਿੰਨਾ ਯੂਨੀਵਰਸਿਟੀ ਆ? ਸੰਡਰਲੈਂਡ ਯੂਨੀਵਰਸਿਟੀ। ਸੰਡਰਲੈਂਡ ਯੂਨੀਵਰਸਿਟੀ, ਸੰਡਰਲੈਂਡ ਯੂਨੀਵਰਸਿਟੀ, ਠੀਕ ਹੈ ਠੀਕ ਹੈ। ਕਿੱਥੇ ਹੈ ਯੂਕੇ ਚ? ਇਹ ਯੂਕੇ ਚ, ਇੰਗਲੈਂਡ ਚ। ਇਹਨੇ £5,000 ਨਾਲ ਵੀਜ਼ਾ ਲਵਾ ਦੇਣਾ ਤੈਨੂੰ। ਖਤਮ ਕਰੋਗੇ ਫਿਰ ਮਿਲੂਗਾ। ਠੀਕ ਆ ਠੀਕ ਆ। ਤੇ ਜਿੱਦਾਂ ਹੁਣ ਮੈਨੂੰ ਉੱਥੇ PSW ਮਿਲ ਗਿਆ, ਉਸ ਟਾਈਮ ਮੈਂ ਆਪਣਾ ਟੂਰਿਸਟਰ ਵੀਜ਼ਾ ਟਰਾਈ ਕਰਕੇ ਦੇਖ ਸਕਦਾ, ਜੇ ਲੱਗਿਆ ਠੀਕ ਆ, ਨਹੀਂ ਲੱਗਿਆ ਫਿਰ ਆ ਜਾਵਾਂਗੇ ਮੁੜ ਕੇ, ਜਾਂ ਫਿਰ 2 ਨੰਬਰ 'ਚ ਰਹਿ ਲਾਂਗੇ। ਚੱਲ ਕੋਈ ਨਾ, ਬਾਕੀ ਤੂੰ ਦਫ਼ਤਰ ਆ ਜਾਈਂ ਫਿਰ ਆਪਾਂ ਗੱਲ ਕਰ ਲੈਂਦੇ। ਨਹੀਂ ਭਾਈ ਮੇਰੀ ਗੱਲ ਸੁਣੋ, ਜਿਹੜੀ ਫੀਸ ਹੈਗੀ ਤੁਸੀਂ ਆਫਟਰ ਵੀਜ਼ਾ ਲਾਉਂਦੇ ਹੋ ਪਹਿਲਾਂ ਜਾਊਗੀ ਯੂਕੇ? ਪਹਿਲੇ ਪਹਿਲੇ 1,000 ਕੁ ਪਾਉਂਡ ਪਹਿਲਾਂ ਜਾਣਾ, ਬਾਕੀ ਪੈਸੇ ਬਾਅਦ 'ਚ ਜਾਊਗੇ। ਠੀਕ ਹੈ, 1,000 ਕੁ ਪਾਉਂਡ ਪਹਿਲਾਂ ਜਾਣਾ ਜਿਹੜੀ ਉਹ ਤੋਂ। ਤੁਸੀਂ ਕਿੱਥੇ ਮਿਲੋਗੇ ਭਾਜੀ, ਕਿਹੜੇ ਦਫ਼ਤਰ ਮਿਲੋਗੇ ਮੈਨੂੰ? ਤੁਸੀਂ ਸੋਮਵਾਰ ਜਲੰਧਰ ਮਿਲ ਲਿਓ। ਠੀਕ ਹੈ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਤੁਹਾਡਾ? ਮਨਜੀਤ ਚੋਹਰਾ ਜੀ ਮੇਰਾ ਨਾਮ। ਹਾਂਜੀ ਪੁੱਛੋ, ਕੀ ਪੁੱਛਣਾ ਚਾਹੁੰਦੇ ਹੋ ਸਰ? ਹਾਂਜੀ ਮੈਂ ਪੁੱਛਣਾ ਚਾਹੁੰਦਾ ਸੀ ਕਿ ਮੈਂ ਬਿਸਟਰ ਲਈ ਹੈ ਅਤੇ ਕੈਨੇਡਾ ਦਾ ਪੈਣਾ ਸੀ। ਮੈਂ ਪਹਿਲਾਂ 2 ਟਾਈਮ ਰੈਫਰੀਜ਼ਲ ਲਾਇਆ ਸੀ, ਲੋਕਲ ਇੱਥੋਂ ਏਜੰਟ ਤੋਂ ਲਵਾ ਲਿਆ ਸੀ, ਇੱਥੇ ਉਹਨੇ ਨਾ ਰੈਫਰੀਜ਼ਲ ਦਵਾ ਦਿੱਤੇ ਇੰਦੌਰ ਸਾਨੂੰ, ਅਦਰ ਵਿੱਚ ਜੋ ਵੀ ਲਾਏ ਹੁੰਦੇ ਆ ਐਵੀਡੈਂਸ। ਕੰਮ ਕੀ ਕਰਦੇ ਹੋ ਤੁਸੀਂ? ਕੰਮ ਕਰਦਾ ਹੈਗਾ ਜੀ ਮੈਂ ਇਲੈਕਟ੍ਰੀਕਲ ਦਾ, ਟੈਲੀਕਾਮ ਜੋਬ ਕਰਦਾ ਹਾਂ, ਟੈਲੀਕਾਮ ਦੇ ਵਿੱਚ। ਕਿੰਨੀ ਆਮਦਨ ਕਿੰਨੀ ਹੈਗੀ ਤੁਹਾਡੀ ਸਾਲ ਦੀ? ਆਮਦਨ ਸਾਲ ਦੀ ਹੈਗੀ ਆ ਜੀ ਆਪਣੇ 20-22 ਹਜ਼ਾਰ ਸੈਲਰੀ ਹੈਗੀ, ਉਸ ਹਿਸਾਬ ਨਾਲ ਆਪਣੇ ਦੇਖ ਲਓ ਵੀਰ 20-22 ਹਜ਼ਾਰ ਦੀ ਸੈਲਰੀ ਨਾਲ ਤਾਂ ਕੈਨੇਡਾ ਦਾ ਵੀਜ਼ਾ ਨਹੀਂ ਨਾ ਲੱਗਣਾ ਵੀਰ। ਕੋਈ ਸਪੋਂਸਰ ਹੈਗਾ ਤੁਹਾਡੇ ਕੋਲ ਉੱਥੇ ਕੋਈ? ਹਾਂਜੀ ਕੋਈ ਸਪੋਂਸਰ ਹੈਗਾ ਤੁਹਾਡੇ ਕੋਲ ਕੈਨੇਡਾ 'ਚ? ਸਿਰਫ ਆਈਲੈਟ ਕਰ ਲੋ। ਅੱਜ ਹਰ ਬੰਦਾ ਹੀ ਪਹੁੰਚਣਾ ਚਾਹੁੰਦਾ ਜੀ, ਇੱਥੇ ਕੋਈ ਰਹਿਣਾ ਹੀ ਨਹੀਂ ਚਾਹੁੰਦਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੁੱਛੋ, ਕੀ ਪੁੱਛਣਾ ਚਾਹੁੰਦੇ ਜੇ? ਸਰ ਮੇਰੇ ਓਵਰਆਲ 6 ਬੈਂਡ ਨੇ। ਵੈਰੀ ਗੁੱਡ। ਤੇ ਸਰ 55% ਨੇ ਆਸਟ੍ਰੇਲੀਆ ਦਾ ਆਨਸਰ ਦਾ, 2018 ਪਾਸ ਆਊਟ। 2018 ਪਾਸ ਆਊਟ 55%। ਤੁਹਾਡੇ ਪਿਤਾ ਜੀ ਕਰਦੇ ਨੇ? ਹਾਂਜੀ। ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਨੇ? ਪਿਤਾ ਜੀ ਐਗਰੀਕਲਚਰ ਨੇ। ਕਿੰਨੀ ਪਹਿਲੀ ਕਿੰਨੀ ਤੁਹਾਡੇ ਕੋਲ ਜ਼ਮੀਨ ਕਿੰਨੀ ਹੈ? 16 ਕਿੱਲੇ ਹੈ ਜੀ। 16 ਕਿੱਲੇ ਆ। ਤੁਹਾਡੇ ਕੋਲ ਬੈਂਕ 'ਚ ਪਿਆ ਵਾ 18-20 ਲੱਖ ਰੁਪਈਆ? ਮੈਨੇਜ ਕਰ ਲਾਂਗੇ ਕੋਈ। ਹਾਂਜੀ ਜੇ ਤੁਹਾਡੇ ਕੋਲ ਫੰਡ ਹੈਗੇ ਆ ਫਿਰ ਅਪਲਾਈ ਕੀਤਾ ਜਾ ਸਕਦਾ ਜੀ, ਯੂਨੀਵਰਸਿਟੀ ਦਾ ਕੇਸ ਅਪਲਾਈ ਹੋਏਗਾ। ਪਹਿਲੀ ਸ਼ਰਤ ਇਹ ਆ ਕਿ 90 ਦਿਨ ਪੁਰਾਣੇ ਫੰਡ ਹੋਣੇ ਚਾਹੀਦੇ ਆ, 18-20 ਲੱਖ ਰੁਪਇਆ। ਸਰ ਮੇਰੇ ਪੇਰੈਂਟਸ ਨਾ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਾਉਣਾ ਚਾਹੁੰਦੇ ਨੇ, ਕਿਉਂਕਿ ਲਾਸਟ ਈਅਰ ਤੁਹਾਡੇ ਕੋਲ ਆਇਆ ਸੀ ਉਦੋਂ ਰਿਜੈਕਟ ਹੋ ਗਿਆ ਸੀਗਾ। ਹਾਂਜੀ। ਤੇ ਹੁਣ ਉਹ ਦੁਬਾਰਾ ਫਿਰ ਕਰਨਾ ਚਾਹੁੰਦੇ ਨੇ, ਹੋ ਸਕਦਾ? ਕਿੱਥੋਂ ਬੋਲਦੇ ਤੁਸੀਂ? ਕਰਨਾਲ ਤੋਂ। ਤੁਸੀਂ ਇੱਕ ਵਾਰ ਚੰਡੀਗੜ੍ਹ ਦਫ਼ਤਰ ਵਿਜ਼ਿਟ ਕਰ ਲਓ, ਆਪਣੇ ਕਾਗਜ਼ ਚੈੱਕ ਕਰਾ ਲਓ ਸਾਨੂੰ। ਸਰ ਕਾਗਜ਼ ਉਹਨਾਂ ਕੋਲ ਆਲਰੇਡੀ ਹੈਗੇ ਆ। ਉਹੀ ਇੱਕ ਵਾਰ ਚੰਡੀਗੜ੍ਹ ਦਫ਼ਤਰ ਵਿਜ਼ਿਟ ਕਰ ਲਓ ਤੁਸੀਂ ਇਹਦੇ ਵਾਸਤੇ। ਠੀਕ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ ਬੋਲੋ, ਕੀ ਬੋਲਣਾ ਚਾਹੁੰਦੇ ਜੇ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ 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 ਹਾਂਜੀ ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਜੇ? ਹਾਂਜੀ ਭਾਈ
ਜੀ ਮੈਂ ਮਨਪ੍ਰੀਤ ਸਿੰਘ ਬੋਲ ਰਿਹਾ ਸੀਗਾ ਜੀ ਫਵਾੜੇ ਤੋਂ। ਹਾਂਜੀ ਮਨਪ੍ਰੀਤ ਦੱਸੋ ਕੀ ਜਾਣਨਾ ਚਾਹੁੰਦੇ ਹੋ। ਹਾਂਜੀ ਭਾਜੀ ਜਿੱਦਾਂ ਮੈਂ ਪਹਿਲਾਂ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਸੀ ਕੈਨੇਡਾ ਦਾ ਰਿਫਿਊਜ਼ ਹੋ ਗਿਆ ਸੀਗਾ, ਪਰ ਮੇਰੀ ਜਿਹੜਾ ਸਟੱਡੀ ਚ ਹੈਗਾ ਗੈਪ ਜ਼ਿਆਦਾ 10 ਸਾਲ ਦਾ। ਹਾਂਜੀ ਹੈਲੋ। ਹਾਂਜੀ ਹਾਂਜੀ ਮੈਂ ਸੁਣ ਰਿਹਾ ਜੀ। ਹਾਂਜੀ ਤੇ 10 ਸਾਲ ਦਾ ਭਾਜੀ ਗੈਪ ਆ, ਮੈਂ ਪੁੱਛਣਾ ਸੀ ਭਾਜੀ ਜੇ ਕੈਨੇਡਾ ਦਾ ਕਰਨਾ ਹੋਵੇ ਹੋ ਸਕਦਾ ਹੈ ਕੈਨੇਡਾ ਦਾ? ਮਨਪ੍ਰੀਤ ਗੈਪ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਹਰ ਬੰਦੇ ਨੇ ਨਾ ਗੈਪ ਚ ਕੋਈ ਨਾ ਕੋਈ ਕੰਮ ਕੀਤਾ ਹੁੰਦਾ। ਬਹੁਤ ਵਧੀਆ ਯਾਰ, ਫਿਰ ਤਾਂ ਹੋਰ ਕੀ ਚਾਹੀਦਾ, ਤੇ ਉਦੋਂ ਫਰੈਸ਼ ਜੈਨੂਅਨ ਹੈਗਾ ਤੂੰ ਐਪਲੀਕੈਂਟ। ਚਲੋ ਮੈਂ ਇਦਾਂ ਕਰਦਾ, ਨਹੀਂ ਤਾਂ ਕਿਸੇ ਦਿਨ ਤੁਹਾਨੂੰ ਆ ਕੇ ਭਾਜੀ ਮਿਲ ਲੈਣਾ ਫਿਰ। ਹਾਂ ਆਈਲੈਟ ਤੇ ਜ਼ੋਰ ਦੇ ਥੋੜਾ ਜਿਹਾ, ਆਈਲੈਟ ਕਰ ਮੇਰਾ ਵੀਰ ਇੱਕ ਵਾਰੀ। ਚਲੋ ਠੀਕ ਹੈ ਭਾਈ, ਕਿੰਨੇ ਬੈਂਡ ਲਵਾਂ ਮੈਂ? 6 ਬੈਂਡ ਦਾ ਟਾਰਗੇਟ ਰੱਖ ਆਪਣਾ। 6 ਬੈਂਡ ਦਾ ਟਾਰਗੇਟ ਓਵਰਆਲ ਭਾਜੀ? ਓਵਰਆਲ ਓਵਰਆਲ 6 ਹੋਣੇ ਚਾਹੀਦੇ ਤੇਰੇ। ਚਲੋ ਠੀਕ ਹੈ ਭਾਜੀ, ਮੈਂ ਫਿਰ ਕਰਦਾ। ਠੀਕ ਹੈ, ਸੰਡੇ ਹੁੰਦੇ ਭਾਈ ਅਸੇ ਮੰਡੇ ਹੁੰਦੇ? ਹਾਂ ਹਾਂ ਤੁਸੀਂ ਜਦੋਂ ਮਰਜ਼ੀ ਕਾਲ ਕਰਕੇ ਆ ਜਿਓ, ਫੋਨ ਕਰ ਲਿਓ ਆਉਣ ਤੋਂ ਪਹਿਲਾਂ। ਠੀਕ ਹੈ ਭਾਈ, ਠੀਕ ਹੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੀ ਨਾਮ ਜੀ ਤੁਹਾਡਾ? ਤੇ ਉਹ ਟਾਰਗੇਟ ਬੀਟ ਨਹੀਂ ਕਰ ਸਕਦੇ ਇਸ ਵਾਰੀ ਐਗਜ਼ਾਮ ਚੋਂ ਆਏ ਨੇ ਲਿਸਨਿੰਗ ਚੋਂ 8 ਤੇ ਬਾਕੀ ਤਿੰਨਾਂ ਦੇ ਵਿੱਚੋਂ 6.5। ਇਹਦੇ ਫੇਰ ਆਪਾਂ ਸਟੂਡੈਂਟ ਵੀਜ਼ਾ ਅਪਲਾਈ ਕਰ ਦਿੰਨੇ ਆ ਯਾਰ। ਬਟ ਸਰ ਜਿਹੜਾ ਟਾਈਮ ਬਹੁਤ ਹੋ ਗਿਆ ਇਹਨਾਂ ਨੂੰ 2014 ਦੇ ਪਾਸ ਆਊਟ ਨੇ, ਉਹਦੀ ਕੋਈ ਪ੍ਰੋਬਲਮ ਨਹੀਂ। ਜੇ ਤੁਸੀਂ ਸਟੂਡੈਂਟ ਤੇ ਜਾਣਾ ਚਾਹੁੰਦੇ ਜੇ 10 ਤੋਂ 15 ਲੱਖ ਰੁਪਈਆ ਲੱਗਦਾ। ਅੱਛਾ ਜੀ, ਮਨ ਬਣਾ ਲਓ ਜੇ ਤੁਹਾਡੇ ਕੋਲ ਪੈਸੇ ਹੈਗੇ ਆ, ਮਹੀਨੇ ਚੱਲ ਜੂਗੇ ਵਾਈਸ ਤੁਹਾਡੇ। ਤੇ ਸਰ ਫਿਰ ਇਹਦਾ ਸਪਾਊਸ ਦਾ ਕਿਵੇਂ ਹੁੰਦਾ? ਹਾਂਜੀ ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲਦਾ ਜੀ, ਉਹ ਇੱਕ ਵਾਰ ਵਾਈਫ ਜਾਊਗੀ ਉਸ ਤੋਂ ਬਾਅਦ ਅਪਲਾਈ ਹੋਊਗਾ ਜੀ। ਕਿੰਨੇ ਦਿਨ ਬਾਅਦ ਸਰ? 6 ਮਹੀਨੇ ਬਾਅਦ ਜੀ। ਸਰ ਇਹ ਕੋਈ ਬਾਅਦ ਜੇ ਆਪਾਂ ਜੇ ਸਪਾਊਸ ਬਾਅਦ ਜਾਂਦਾ ਤਾਂ ਉਹ ਜੋ ਕੋ ਪ੍ਰੋਬਲਮ ਨਹੀਂ ਹੈ ਕੁਆਲੀਫਿਕੇਸ਼ਨ ਵਗੈਰਾ ਵੀ ਜੇ? ਨਹੀਂ ਨਹੀਂ ਨਹੀਂ, ਕੁਛ ਨਹੀਂ ਚਾਹੀਦਾ, ਸਿਰਫ ਵਿਆਹ ਅਸਲੀ ਹੋਣਾ ਚਾਹੀਦਾ। ਹਾਂਜੀ ਉਹ ਤਾਂ ਠੀਕ ਹੈ, ਬਿਲਕੁਲ ਜਾਣੂ ਹੈ ਨਾ। ਤੇ ਇਹਨਾਂ ਦੇ ਕੀ ਡਾਕੂਮੈਂਟ ਚਾਹੀਦੇ ਹੋਣਗੇ ਆਪਾਂ ਨੂੰ? ਇਹਨਾਂ ਦੇ ਪੜ੍ਹਾਈ ਦੇ ਕਾਗਜ਼ ਤੇ ਪਾਸਪੋਰਟ ਤਾਂ ਆਇਲਸ ਦਾ ਸਰਟੀਫਿਕੇਟ। ਤੇ ਸਰ ਜਿਹੜੀ ਆਪੇ ਆਇਲਸ ਆ ਜਨਰਲ ਚ ਕੀ ਕਰਨੀ ਹੈ ਕਿ ਅਕੈਡਮਿਕ ਚ? ਜਿਹੜੀ ਵੀ ਹੋਊਗੀ ਦੋਵੇਂ ਚੱਲ ਜੂਗੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਵੀਰੇ ਬੋਲੋ, ਕੀ ਜਾਣਨਾ ਚਾਹੁੰਦੇ ਜੇ? ਹਾਂਜੀ ਸਰ ਨਮਸਤੇ। ਨਮਸਤੇ ਜੀ, ਕੀ ਨਾਂ ਤੁਹਾਡਾ? ਸਰ ਮੇਰਾ ਨਾਮ ਜੀਵਨ ਹੈ ਸਰ, ਮੈਂ ਜਲੰਧਰ ਤੋਂ ਬੋਲ ਰਿਹਾ ਹਾਂ। ਹਾਂਜੀ ਕਹਾਂ ਸੇ ਬੋਲ ਰਹੇ ਹੋ? ਜਲੰਧਰ ਸੇ? ਜਲੰਧਰ ਦੁਆਬਾ ਚੌਂਕ ਸੇ ਸਰ। ਦੁਆਬਾ ਚੌਂਕ ਸੇ, ਹਾਂਜੀ ਬਤਾਈਏ ਕੀ ਜਾਣਨਾ ਚਾਹਤੇ ਹੈ? ਨਾ ਸਰ ਐਕਚੁਅਲੀ ਮੈਨੇ ਨਾ ਆਲਰੇਡੀ ਫਾਈਲ ਲਗਾਈ ਹੋਈ ਸੀ ਕਿਸੇ ਏਜੰਟ ਤੇ। ਅੱਛਾ ਜੀ। ਤੋ ਮੇਰਾ ਰਿਫਿਊਜ਼ਲ ਅੰਡਰ SDS ਰਿਫਿਊਜ਼ਲ ਆ ਗਿਆ। ਰਿਫਿਊਜ਼ਲ ਆ ਗਿਆ ਆਪਕਾ? ਹਾਂਜੀ ਸਰ, ਅੰਡਰ SDS। ਅੰਡਰ SDS ਤੋਂ ਰਿਫਿਊਜ਼ਲ ਆਤਾ ਹੀ ਨਹੀਂ? ਸਰ ਮੇਰਾ ਰਿਫਿਊਜ਼ਲ ਇਹ ਥਾ ਕਿ ਨਾ ਯੂ ਆਰ ਨਾਟ ਮੋਟੀਵੇਟਿੰਗ ਮੀ ਟੂ ਪਰਸੂ ਥਿਸ ਪਾਰਟੀਕੂਲਰ ਪ੍ਰੋਗਰਾਮ ਇਨ ਥਿਸ ਪੁਆਇੰਟ ਐਟ ਕੈਨੇਡਾ। ਨਹੀਂ ਨਹੀਂ, ਕਹਾਂ ਸੇ ਅਪਲਾਈ ਕੀਆ ਆਪਨੇ, ਕੌਨ ਸੇ ਕੋਰਸ ਮੇ? ਸਰ ਕਲਾਉਡ ਕੰਪਿਊਟਿੰਗ, ਐਕਚੁਅਲੀ ਮੈਂ ਗ੍ਰੈਜੂਏਟ ਹੂੰ। ਹਾਂਜੀ। ਅਪਨੇ ਕਾਗਜ ਲੈ ਕੇ ਆਪਕੋ ਇੱਕ ਮਹੀਨੇ ਮੇ ਭੇਜ ਦੇਂਗੇ। ਸਰ ਪ੍ਰਭਜੋਤ ਸਿੰਘ ਹੈ ਜੀ ਮੇਰਾ ਨਾਮ। ਹਾਂਜੀ ਪ੍ਰਭਜੋਤ ਸਿੰਘ, ਕਿੱਥੇ ਜਾਣਾ ਤੁਸੀਂ? ਸਰ ਮੈਂ ਕੈਨੇਡਾ ਜਾਣਾ ਚਾਹੁੰਦਾ, ਮੇਰੇ ਓਵਰਆਲ 6 ਬੈਂਡ ਆ, 1-5 ਹੈ ਜੀ। ਅੱਛਾ ਕਿੱਥੋਂ ਬੋਲਦਾ ਪ੍ਰਭਜੋਤ? ਮੈਂ ਕੋਟਪੁਰਾ ਤੋਂ ਬੋਲਦਾ ਜੀ। ਆ ਜਾ ਸੁਬਾ ਜਲੰਧਰ ਆ ਜਾ, ਕਰੀਏ ਅਪਲਾਈ ਫਿਰ।
ਸਰ ਮੈਂ 15 ਤੋਂ 2015 ਪਾਸ ਹੋਇਆ ਡਿਪਲੋਮਾ ਸਿਵਲ ਇੰਜੀਨੀਅਰਿੰਗ ਦਾ। ਵਧੀਆ ਆ ਜਾ, ਕਾਗਜ਼ ਲੈ ਕੇ ਆ, ਸਵੇਰੇ ਕਰਾ ਦਿੰਦੇ ਅਪਲਾਈ, ਮਹੀਨੇ ਚ ਚਲੇ ਜਾਊਗਾ, ਜੂਨ ਵਾਲਾ ਇੰਟੇਕ ਦਿਆਂਗੇ ਤੈਨੂੰ। ਕਾਲਜ ਹੋਊਗਾ ਯੂਨੀਵਰਸਿਟੀ ਸਰ, ਸਰ ਮੈਂ ਕੋਈ ਇਸ਼ੂ ਤਾਂ ਲੰਘ ਰਹੀ। ਕੋਈ ਗੱਲ ਨਹੀਂ, ਤੂੰ ਕਾਗਜ਼ ਲੈ ਕੇ ਸੁਬਹ ਆ, ਤੇਰਾ ਕੰਮ ਕਰਾ ਦਿਆਂਗੇ। ਠੀਕ ਹੈ ਸਰ, ਠੀਕ ਹੈ, ਥੈਂਕ ਯੂ। ਓਕੇ ਜੀ, ਹੈਲੋ 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 ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਦੱਸੋ ਕੀ ਨਾਂ ਤੁਹਾਡਾ? ਗੁਰਿੰਦਰਪਾਲ ਸਿੰਘ ਜੀ। ਹਾਂਜੀ ਗੁਰਿੰਦਰ ਜੀ, ਕੀ ਜਾਣਨਾ ਚਾਹੁੰਦੇ ਜੀ? ਸਰ ਜਿਹੜਾ ਤੁਸੀਂ ਨਵੀਂ ਲੈਂਗੁਏਜ ਦੇ ਕੋਰਸ ਪਰ ਕੈਨੇਡਾ ਦਾ ਵਿਦਆਊਟ ਆਈਲੈਟਸ ਉਹਦੇ ਬਾਰੇ ਪੁੱਛਣਾ ਸੀਗਾ ਜੀ। ਉਹਦੇ ਲਈ ਗੈਪ ਨਹੀਂ ਹੋਣਾ ਚਾਹੀਦਾ ਵੀਰ? ਗੈਪ ਪਿਛਲੇ ਸਾਲ ਕੀਤੀ ਪਲੱਸ ਟੂ ਜੀ। ਹਾਂਜੀ ਚੱਲ ਜੂਗਾ, ਇੰਨੇ ਕੁ ਗੈਪ ਨਾ ਹੋ ਜੂਗਾ। ਪਹਿਲੇ 8 ਮਹੀਨੇ ਅੰਗਰੇਜ਼ੀ ਪੜ੍ਹਨੀ, ਉਹਦੇ ਤੋਂ ਬਾਅਦ ਡਿਗਰੀ ਹੋਊਗੀ। ਠੀਕ ਜੀ। ਇੱਥੋਂ 3 ਸਾਲ ਦਾ ਵੀਜ਼ਾ ਲੱਗੂਗਾ। ਠੀਕ ਹੈ ਜੀ। ਕਾਗਜ਼ ਲੈ ਕੇ ਆ ਜਾਓ, ਅਪਲਾਈ ਕਰਾ ਦਿੰਦੇ, ਮਹੀਨੇ ਖੰਡ ਚਲੇ ਜਾਓ। ਚੰਡੀਗੜ੍ਹ ਆਈਏ ਕਿ ਜਲੰਧਰ ਹੀ? ਚੰਡੀਗੜ੍ਹ ਜਲੰਧਰ, ਜਿੱਥੇ ਤੁਹਾਨੂੰ ਲਾਗੇ ਲੱਗਦਾ ਉੱਥੇ ਚਲੇ ਜਾਓ। ਠੀਕ ਹੈ ਜੀ। ਅਤੇ ਪਲੱਸ ਟੂ 68% ਹੈ ਜੀ? ਹਾਂ, ਪਲੱਸ ਟੂ 'ਚ ਪਾਸ ਹੋਣਾ ਚਾਹੀਦਾ ਬੰਦਾ ਬਸ। ਠੀਕ ਹੈ ਜੀ। 33% ਵੀ ਹੁਣ ਤਾਂ ਵੀ ਹੋ ਜੂਗਾ, ਪਾਸ ਹੋਣਾ ਚਾਹੀਦਾ ਪਲੱਸ ਟੂ 'ਚ ਬਸ। ਫੀਸ ਆਫਟਰ ਵੀ ਜੀ? ਹਾਂਜੀ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਠੀਕ ਹੈ ਜੀ। ਠੀਕ ਹੈ, ਓਕੇ ਸਰ, ਧੰਨਵਾਦ ਜੀ। ਧੰਨਵਾਦ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਸਰ, ਕਿਸ ਦਿਨ ਵਿਜ਼ਿਟ ਕਰੀਏ? ਕੱਲ ਨੂੰ ਸਵੇਰ 10 ਵਜੇ। ਠੀਕ ਹੈ ਜੀ। ਠੀਕ। ਬਹੁਤ ਸਾਰੇ ਲੋਕ ਅੱਜ ਬਾਹਰ ਜਾਣਾ ਚਾਹੁੰਦੇ ਜੀ, ਨਹੀਂ ਸਮਝ ਲੱਗਦੀ ਵੀ ਕਿੱਦਾਂ ਅਪਲਾਈ ਕਰੀਏ, ਕਿੱਦਾਂ ਨਾ ਕਰੀਏ। ਮਸ਼ਹੂਰੀਆਂ ਦੇ ਪਿੱਛੇ ਲੱਗ ਜਾਂਦੇ ਆ, ਗਵਰਨਮੈਂਟ ਕਾਲਜ ਦਾ ਲਾਲਚ ਦਿੱਤਾ ਜਾਂਦਾ। ਕੋਈ ਕਹਿੰਦਾ ਮੈਂ ਆਫਰ ਲੈਟਰ ਗਰੰਟਿਡ ਲੈ ਦੂੰਗਾ। ਜਿਸ ਵੀ ਜਗ੍ਹਾ 'ਤੇ ਪਹਿਲਾਂ ਪੈਸੇ ਲਿੱਤੇ ਜਾ ਰਹੇ ਆ, ਉਸ ਜਗ੍ਹਾ ਤੋਂ ਆਲਵੇਜ਼ ਅਵੇਅਰ। ਜਿਨ੍ਹਾਂ ਦਾ ਕੰਮ ਪੈਸੇ ਪਹਿਲਾਂ ਲੈਣਾ, ਉਹਨਾਂ ਦਾ ਮਕਸਦ ਸਿਰਫ ਔਰ ਸਿਰਫ ਤੁਹਾਡਾ ਕੇਸ ਅਪਲਾਈ ਕਰਾਉਣ ਦਾ ਹੁੰਦਾ। ਸਾਡਾ ਮਕਸਦ ਤੁਹਾਨੂੰ ਵੀਜ਼ੇ ਤੱਕ ਪਹੁੰਚਾਉਣਾ। ਅਸੀਂ ਪੈਸੇ ਬਾਅਦ 'ਚੋਂ ਲੈਂਦੇ ਹਾਂ, ਕਿਉਂ? ਕਿਉਂਕਿ ਅਸੀਂ ਵੀਜ਼ਾ ਲਵਾਉਣ ਦਾ ਕਾਰੋਬਾਰ ਕਰਦੇ ਹਾਂ। ਤੁਹਾਨੂੰ ਆਪ ਸਮਝ ਹੋਣੀ ਚਾਹੀਦੀ ਹੈ ਕਿਉਂ ਪੈਸੇ ਬਾਅਦ 'ਚੋਂ ਲਿੱਤੇ ਜਾ ਰਹੇ ਆ, ਕਿਉਂਕਿ ਅਸੀਂ ਸਕਸੈਸ 'ਤੇ ਕੰਮ ਕਰਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ। ਜੀ ਸਰ, ਸਰ ਤੁਹਾਡੇ ਨਾਲ ਗੱਲ ਹੋਈ ਸੀਗੀ ਜੀ ਆਪਣੀ ਸਟੇਟ ਜਾਂ ਰਿਫਿਊਜ਼ਲ ਬਾਰੇ। ਹਾਂਜੀ, ਅਤੇ ਉਹਦਾ ਕੁਛ ਫਿਰ ਹਿੱਲ ਹੈਗਾ ਕੋਈ ਹੋਰ, ਮਤਲਬ ਰਿਫਿਊਜ਼ਲ ਤੋਂ ਬਾਅਦ ਆਪਾਂ ਦੁਬਾਰਾ ਅਪਲਾਈ ਕਿਤੇ ਵੀ ਕਰ ਸਕਦੇ? ਫਿਰ ਔਖਾ ਹੁੰਦਾ ਹੈ, ਬਾਕੀ ਜੇ ਤੁਸੀਂ ਤੁਹਾਡੇ ਨੰਬਰ ਵਧੀਆ, ਫਿਰ ਉਹਨੂੰ ਫਾਈਟ ਕਰ ਕੀਤੀ ਜਾ ਸਕਦੀ ਹੈ। ਉਹ ਵੀ ਕਹਿ ਰਿਹਾ ਸਰ, ਤੁਹਾਨੂੰ ਦੱਸਿਆ ਸੀ ਮੈਂ, ਤੁਹਾਨੂੰ ਡਿਸਕਸ ਕੀਤਾ ਜੀ ਤੁਹਾਡੇ ਨਾਲ ਕੇਸ ਸਰ। ਤੁਹਾਡੇ ਬੈਂਡ ਕਿੰਨੇ ਆ? ਬੈਂਡ ਕਿੰਨੇ ਤੁਹਾਡੇ? ਬੈਂਡ ਸਰ 36 ਓਵਰ। ਅਤੇ ਤੁਸੀਂ ਕੈਨੇਡਾ ਨੂੰ ਅਪਲਾਈ ਕਰਕੇ ਦੇਖ ਲਓ ਜੇ ਕੈਨੇਡਾ ਜਾਣਾ। ਗਵਰਨਮੈਂਟ ਕਾਲਜ ਵੀ ਸਾਰੇ ਰਿਫਿਊਜ਼ ਹੋ ਰਹੇ, ਯੂਨੀਵਰਸਿਟੀ ਦੀ ਸੀਓਈ ਚਾਹੀਦੀ ਹੈ। ਤੈਨੂੰ ਮਿਲਦੀ ਹੈ ਮੰਗਾਲਾ, ਅੱਜ ਕੱਲ ਔਖਾ ਹੋਇਆ ਤਾਂ ਦਿੰਦਾ ਕੋਈ ਨਹੀਂ ਪਿਆ। ਵੈਸੇ ਉਹ ਲੱਗ ਜਾਂਦੇ ਪਹਿਲਾਂ ਕੋਈ ਹੋਇਆ ਇਦਾਂ ਕੇਸ? ਹਾਂਜੀ ਹਾਂਜੀ, ਅਸੀਂ 7-8 ਵੀਜ਼ੇ ਲਏ ਆ ਰਿਫਿਊਜ਼ਲ ਵਾਲੇ। ਸਰ ਮੇਰਾ ਵੀ ਕਰਦੇ ਵੀਲਾ ਕੋਈ ਵੀਰ, ਐਡਮਿਸ਼ਨ ਨਹੀਂ ਹੁੰਦੀ ਵੀ ਯਾਰ ਅੱਜ ਕੱਲ, ਅੱਗੇ ਐਡਮਿਸ਼ਨਾਂ ਦੇ ਦਿੰਦੀ ਅਸੀਂ ਯੂਨੀਵਰਸਿਟੀਆਂ, ਅੱਜ ਕੱਲ ਸਟ੍ਰਿਕਟ ਬਹੁਤ ਹੈ। ਚਲੋ ਸਰ, ਮੈਂ ਤਾਂ ਬੜੀ ਹੋਪ ਲੈ ਕੇ ਆਇਆ ਸੀ। ਚਲੋ ਦੇਖ ਮੈਂ ਤੈਨੂੰ ਮਨਾ ਹੀ ਕਰਦਾ ਪਿਆ, ਮੈਂ ਤੈਨੂੰ ਪਰੇਸ਼ਾਨ ਥੋੜੀ ਕਰਦਾ ਪਿਆ। ਜੇ ਤੂੰ ਕੈਨੇਡਾ ਜਾਣਾ, ਮੈਂ ਜ਼ਿੰਮੇਵਾਰੀ ਲੈ ਲੈਂਦਾ, ਮਹੀਨੇ 'ਚ ਕੈਨੇਡਾ ਚੱਲ ਜੂੰਗਾ ਤੂੰ ਵੀਰ। ਨਹੀਂ ਮਹੀਨੇ 'ਚ ਕੈਨੇਡਾ ਜਾਣਾ, ਇਹਦੇ ਚੱਕਰ ਜਾਣਾ ਆਸਟ੍ਰੇਲੀਆ। ਫਿਰ ਵੀ ਔਖਾ ਆ, ਜੇ ਮਹੀਨਾ ਖੰਡ ਅਟਕ ਜਾ, ਜੇ ਮਾਹੌਲ ਠੀਕ ਹੋਇਆ ਫਿਰ ਅਪਲਾਈ ਕਰ ਲਈ। ਅੱਜ ਕੱਲ੍ਹ ਤਾਂ ਸੀਓਈ ਕੋਈ ਨਹੀਂ ਹੋ ਦਿੰਦਾ ਪਿਆ। ਅੱਛਾ ਜੀ, ਚਲੋ ਠੀਕ ਹੈ ਸਰ ਜੀ, ਕੋਈ ਥੈਂਕ ਯੂ। ਠੀਕ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ, ਕੀ ਨਾਂ ਜੀ ਤੁਹਾਡਾ? ਹੈਲੋ। ਹਾਂਜੀ ਕੀ ਨਾਂ ਤੁਹਾਡਾ? ਹਾਂਜੀ ਸਰ, ਹਰਪ੍ਰੀਤ ਨਾਮ ਜੀ ਮੇਰਾ। ਹਰਪ੍ਰੀਤ ਜੀ, ਕੀ ਜਾਣਨਾ ਚਾਹੁੰਦੇ ਜੀ? ਹਾਂਜੀ ਜਾਣਾ ਚਾਹੁੰਦੀ, ਮੇਰੇ ਸਟੱਡੀ ਵੀਜ਼ੇ ਤੇ ਏਜ ਹੋਣਾ ਹੈ ਨਹੀਂ ਜੀ, 32 ਸਾਲ ਉਮਰ ਹੈ। ਹਾਂਜੀ। ਤੇ ਹਾਂਜੀ, ਕੋਈ ਵਿਜ਼ਟਰ ਵੀਜ਼ਾ, ਮਲਟੀਪਲ ਵੀਜ਼ਾ ਹੋ ਸਕਦਾ ਜੀ ਕਿਸ ਕੰਟਰੀ ਦੇ? ਵੀਰ ਕੈਨੇਡਾ ਅਮਰੀਕਾ ਦਾ ਹੀ ਹੁੰਦਾ, ਬਾਕੀ ਉਹ ਵੀਜ਼ਾ ਤਾਂ ਹੀ ਲੱਗਦਾ ਜੇ ਬੰਦੇ ਦੇ ਪੱਲੇ ਕੁਛ ਹੋਵੇ। ਠੀਕ ਹੈ ਜੀ। ਤੇ ਜੇ ਤਾਂ ਤੇਰੇ ਕੋਲ 10-12 ਲੱਖ ਰੁਪਏ ਦੀ ਆਮਦਨ ਹੈਗੀ, ਫਿਰ ਵਿਜ਼ਟਰ ਵੀਜ਼ਾ ਲੱਗ ਜੂਗਾ। ਹਾਂਜੀ, ਸਾਲ ਦੀ ਆਮਦਨ ਜੀ। ਹਾਂਜੀ, ਜੇ ਨਹੀਂ ਹੈਗੀ ਫਿਰ ਸਟੂਡੈਂਟ ਅਪਲਾਈ ਕਰ ਲਾ, ਆਈਲੈਟ ਕਰਕੇ 6 ਬੈਂਡ ਲੈ ਲਾ, ਵੀਜ਼ਾ ਅਸੀਂ ਤੈਨੂੰ ਲਵਾ ਦਿਆਂਗੇ, ਵੀਜ਼ੇ ਦੀ ਜ਼ਿੰਮੇਵਾਰੀ ਸਾਡੀ ਦੀ। ਕਿਹੜੀ ਕੰਟਰੀ ਦਾ ਜੀ? ਕੈਨੇਡਾ ਭੇਜਾਂਗੇ, ਤੂੰ 6 ਬੈਂਡ ਲੈ ਲਾ ਆਈਲੈਟਸ ਤੇ।
ਹਾਂ ਜੀ ਮੇਰੇ 6 ਬੈਂਡ ਜੋ ਹੈਗੇ ਨੇ ਪੀਟੀ ਚੋਂ ਹੈਗੇ ਸੀਗੇ ਐਕਸਪਾਇਰ ਹੋ ਗਏ। ਪੀਟੀ ਪੀਟੀ ਨਹੀਂ ਚਾਹੀਦੀ, ਆਇਲਸ ਹੀ ਚਾਹੀਦਾ। ਚਾਹੀਦਾ 6 ਚਾਹੀਦੇ ਨੇ, ਕਿਹੜੀ ਕੰਟਰੀ ਦਾ ਕਰਾਂਗੇ ਜੀ? ਕੈਨੇਡਾ, ਕੈਨੇਡਾ ਭੇਜਾਂਗੇ ਤੂੰ ਟੈਸਟ ਦੇ ਕੇ। ਵੀਜ਼ਾ ਜੀ? ਹਾਂ ਜੀ ਸਟੱਡੀ ਵੀਜ਼ਾ ਜੀ। ਠੀਕ ਹੈ ਸਰ ਜੀ, ਫਿਰ ਤਾਂ ਕਰ ਲੈਣ ਜੀ, ਕਰਕੇ ਆ ਜਾ ਮੇਰਾ ਵੀਰ। ਹਾਂ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ, ਸਰ ਇੱਕ ਕੈਨੇਡਾ ਦੇ ਵੀਜ਼ੇ ਬਾਰੇ ਪੁੱਛਣਾ ਸੀਗਾ। ਹਾਂਜੀ ਪੁੱਛੋ ਜੀ। ਸਰ ਤੁਸੀਂ ਇੱਕ ਪਾਇਆ ਸੀ ਨਾ ਵੀ ਲੈਂਗੁਏਜ ਕੋਰਸ ਦੇ ਉੱਤੇ ਵੀਜ਼ਾ ਲੱਗਦੇ ਨੇ। ਹਾਂਜੀ ਹਾਂਜੀ, ਲੈਂਗੁਏਜ ਬੰਦਾ ਅੰਗਰੇਜ਼ੀ ਪੜ੍ਹਨ ਜਾਂਦਾ ਜੀ, ਜਿਹੜਾ ਕੋਈ ਪੜ੍ਹਾਈ 'ਚ ਗੈਪ ਗੂਪ ਨਾ ਹੋਵੇ ਜੀ। ਹਾਂਜੀ ਹਾਂਜੀ ਸਰ, ਐਕਚੁਲੀ ਸਰ ਮੈਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੋਈ ਹੈ 2018 ਦੇ ਵਿੱਚ ਜੀ। ਅੱਛਾ ਜੀ, ਬੈਂਡ ਨਹੀਂ ਲਿਆ ਤੁਸੀਂ, ਪੇਪਰ ਉੱਪਰ ਨਹੀਂ ਦਿੱਤਾ ਆਇਲਸ ਦਾ? ਨਹੀਂ ਸਰ, ਐਕਚੁਲੀ ਆਇਲਸ ਦਾ ਪੇਪਰ ਨਹੀਂ ਦਿੱਤਾ ਹੈਗਾ ਜੀ, ਅਤੇ ਗ੍ਰੈਜੂਏਸ਼ਨ ਦੇ ਵਿੱਚ ਮੇਰੇ 60% ਨੰਬਰ ਹੈਗੇ ਜੀ। ਕਿੱਥੋਂ ਬੋਲਦੇ ਤੁਸੀਂ? ਮੈਂ ਡਿਸਟ੍ਰਿਕਟ ਮਾਨਸਾ ਤੋਂ ਬੋਲਦਾ ਪਿਆ ਸਰ। ਆ ਜਾਓ ਸੁਬਾਹ ਜਲੰਧਰ, ਆ ਜਾਓ, ਕਾਗਜ਼ ਲੈ ਕੇ ਅਪਲਾਈ ਕਰਾ ਦਿੰਦੇ ਹਾਂ, ਮਹੀਨੇ ਚੱਲ ਜਾਓਗੇ ਤੁਸੀਂ। ਨਹੀਂ ਸਰ, ਐਕਚੁਲੀ ਗ੍ਰੈਜੂਏਸ਼ਨ ਕੀਤੀ ਹੈ ਜੀ, 12th ਦੇ ਬੇਸ ਤੇ ਹੁੰਦਾ ਜਾਂ ਗ੍ਰੈਜੂਏਸ਼ਨ ਦੇ ਬੇਸ ਤੇ ਵੀ ਹੁੰਦਾ? ਤੁਹਾਡਾ ਗੈਪ ਨਹੀਂ ਹੋਣਾ ਚਾਹੀਦਾ, ਗ੍ਰੈਜੂਏਸ਼ਨ ਦੇ ਬੇਸ ਤੇ ਵੀ ਹੋ ਜਾਊਗਾ। ਪੁੱਛੋ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਸਰ, ਮੈਂ ਲੋ ਕੀਤਾ ਹੋਇਆ। ਅੱਛਾ ਜੀ, ਮਹੀਨੇ ਚ ਭੇਜ ਦਿੰਦੇ ਆ। ਠੀਕ ਹੈ ਸਰ, ਆ ਜਾਓ ਸੁਬਹ, ਕਾਗਜ਼ ਸਾਰੇ ਲੈ ਕੇ ਜਲੰਧਰ ਆ ਜਾਓ। ਰਹਿੰਦੇ ਉਹੀ ਲਿਆ, ਉਹਦੇ ਚ ਵੀਜ਼ਾ ਲੱਗ ਜੂਗਾ। ਠੀਕ ਹੈ ਸਰ, ਆ ਜਾ ਸੁਬਹ, ਆ ਜਾ। ਠੀਕ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ, ਕੀ ਨਾਮ ਤੁਹਾਡਾ? ਹਾਂਜੀ ਸਰ, ਮੈਂ ਵਿਜ਼ਟਰ ਵੀਜ਼ਾ ਲਵਾਇਆ ਸੀ। ਅੱਛਾ ਜੀ, ਤੇ ਉਹਦੀ ਰਿਫਿਊਜ਼ਲ ਆਈ ਜੀ। ਤੁਹਾਡੀ ਆਮਦਨ ਹੈਗੀ 10 ਲੱਖ ਰੁਪਏ ਸਾਲ ਦੀ? ਜੀ ਸਰ, ਸਾਡਾ ਆਪਣਾ ਬਿਜ਼ਨਸ ਹੈਗੀ ਸੀ, ਇਹਦੇ ਵਿੱਚ ਹੈਗੀ ਸੀ, ਉਹਦੇ ਵਿੱਚ ਟਰੈਵਲ ਹਿਸਟਰੀ ਮੈਟਰ ਕੀਤੀ ਸੀ ਉਹਨਾਂ ਦਾ ਰਿਫਿਊਜ਼ਲ। ਕੋਈ ਗੱਲ ਨੀ, ਕਾਗਜ਼ ਸਾਰੇ ਲੈ ਕੇ ਉਹ ਤੁਹਾਡਾ ਦੁਬਾਰਾ ਅਪਲਾਈ ਕਰਾ ਕੇ ਦਿੰਦੇ ਆ, ਵੀਜ਼ਾ ਲੱਗ ਜੂਗਾ ਤੁਹਾਡਾ। ਜੀ ਜੀ, ਓਕੇ ਸਰ, ਥੈਂਕ ਯੂ। ਓਕੇ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਜੀ ਤੁਹਾਡਾ? ਹਾਂਜੀ ਪੁੱਛੋ, ਕੀ ਪੁੱਛਣਾ ਚਾਹੁੰਦੇ ਹੋ? ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਸਤਿ ਸ਼੍ਰੀ ਅਕਾਲ। ਹਾਂਜੀ ਬੋਲੋ ਜੀ, ਆਪਣਾ ਸਵਾਲ ਬੋਲੋ, ਕੀ ਜਾਣਨਾ ਚਾਹੁੰਦੇ ਜੇ? ਹਾਂਜੀ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਤੁਹਾਡਾ? ਹਰਪ੍ਰੀਤ ਸਿੰਘ ਜੀ। ਹਰਪ੍ਰੀਤ ਜੀ, ਕੀ ਜਾਣਨਾ ਚਾਹੁੰਦੇ ਹੋ? ਮੈਂ ਜੀ ਸਟੱਡੀ ਵੀਜ਼ਾ ਬਾਰੇ ਪਤਾ ਕਰਨਾ ਜੀ ਆਸਟ੍ਰੇਲੀਆ ਦੇ। ਕਿੰਨਾ ਪੜ੍ਹੇ ਤੁਸੀਂ? ਮੈਂ ਜੀ BCA ਕਰ ਰਿਹਾ ਜੀ, ਮੈਂ ਲਾਸਟ ਸਮੈਸਟਰ ਦੇ ਵਿੱਚ ਹਾਂ, ਪੇਪਰ ਦਿੰਦੇ ਜੀ। ਹਾਂਜੀ, 6 ਬੈਂਡ ਲਓ ਘੱਟੋ ਘੱਟ, ਗ੍ਰੈਜੂਏਟ ਡਿਪਲੋਮਾ ਜਾਂ ਮਾਸਟਰਸ ਲਈ ਅਪਲਾਈ ਕਰਾਂਗੇ, ਮਹੀਨੇ 'ਚ ਵੀਜ਼ਾ ਆ ਜਾਊਗਾ। ਅਤੇ ਸਰ ਫਿਰ ਮੇਰੀ ਪਹਿਲਾਂ ਰਿਫਿਊਜ਼ ਨਾ ਨਹੀਂ, 2 ਆਸਟ੍ਰੇਲੀਆ ਦੀ, ਇੱਕ ਵੈਸਟਰ ਵੀਜ਼ੇ ਦੀ, ਇੱਕ 15 'ਚ ਸਟੱਡੀ ਵੀਜ਼ੇ ਦੀ। ਕੋਈ ਨਹੀਂ, ਟਾਈਮ ਹੋ ਗਿਆ, ਨਵਾਂ ਤਾਂ ਨਹੀਂ ਹੈਗਾ ਨਾ, ਹੁਣ ਪਿਛਲੇ 2 ਸਾਲ 'ਚ ਰਿਫਿਊਜ਼ਲ ਨਹੀਂ ਹੋਣੀ ਚਾਹੀਦੀ। ਪਰ ਪਿੱਛੇ ਲੱਗੀ ਹੈ ਜੀ ਮੇਰੀ, ਆ ਪਿਛਲੇ ਮਹੀਨੇ ਜੀ, ਉਹਦੀ ਵੈਸਟਰ ਵੀਜ਼ੇ ਦੀ। ਅੱਛਾ ਜੀ, ਕੀ ਸ਼ੋਅ ਕੀਤਾ ਸੀ ਤੁਸੀਂ, ਕੀ ਕਰਨ ਚੱਲੇ ਸੀ ਉੱਥੇ? ਮੈਂ ਜੀ ਉਹ 'ਚ ਬਹੁਤ BCA ਜੋ ਕੀਤੀ ਵੀ 6th ਸਮੈਸਟਰ ਦੇ ਵਿੱਚ ਆਵਾਂ, ਖੇਤੀਬਾੜੀ ਕਰਦੇ ਨੇ ਜੀ। ਉਹਨਾਂ ਦੀ ਲਾਏ ਸੀ ਆਮਦਨ ਦੇ ਪ੍ਰੂਫ ਲਾਏ ਸੀ ਬਾਪੂ ਜੀ ਦੇ? ਨਾ ਜੀ, ਆਮਦਨ ਦੇ ਨਹੀਂ ਲਾਏ ਸੀਗੇ, ਨਾਲ ਮੈਂ ਮੰਮੀ ਦਾ ਅਪਲਾਈ ਕੀਤਾ ਸੀਗਾ ਵੀ ਬਹੁਤ ਹੀ ਰਿਫਿਊਜ਼ਲ ਆ ਗਈ ਸੀ। ਕੋਈ ਨਹੀਂ, ਦੁਬਾਰਾ ਅਪਲਾਈ ਕਰ, ਇਹਨੂੰ ਲੱਗ ਜਾਣਾ ਵੀਜ਼ਾ, 10 ਲੱਖ ਰੁਪਈਆ ਖਾਤੇ 'ਚ ਰੱਖ ਆਪਣੇ। ਅੱਛਾ ਜੀ,
ਤੇ ਆਮਦਨ ਦੇ ਪ੍ਰੂਫ ਦਿਖਾਓ, 10 ਲੱਖ ਰੁਪਈਆ ਲੱਗ ਜਾਣਾ ਵੀਜ਼ਾ, ਤੇਰੀ ਪੜ੍ਹਾਈ ਰੈਗੂਲਰ ਹੈਗੀ ਹੈ। ਠੀਕ ਹੈ ਜੀ, ਇਹ ਕਿਹੜਾ ਸਟੱਡੀ ਵੀਜ਼ਾ ਅਪਲਾਈ ਲੱਗੂਗਾ? ਨਹੀਂ ਨਹੀਂ ਨਹੀਂ, ਤੂੰ ਤੂੰ ਵਿਜ਼ਿਟਰ ਕਰ, ਉੱਥੇ ਜਾ ਕੇ ਚੇਂਜ ਕਰਾ ਲਈ ਇਹਨੂੰ। ਮਤਲਬ ਹੁਣ ਮੇਰੇ ਅਕਾਊਂਟ ਦੇ ਵਿੱਚ, ਹੁਣ ਦੋਵੇਂ ਅਕਾਊਂਟ ਦੇ ਵਿੱਚ ਪਏ ਨੇ, ਜਿਵੇਂ ਡੈਡੀ ਦੇ ਅਕਾਊਂਟ ਦੇ ਵਿੱਚ ਪਏ ਨੇ, ਤਾਂ ਉਹਨਾਂ ਨੂੰ ਆਪਣੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ? ਰਹਿਣ ਦੇ ਡੈਡੀ ਦੇ ਰਹਿਣ ਦੇ। ਬੋਲਦਾ ਕਿੱਥੋਂ ਤੂੰ? ਤੂੰ ਚੰਡੀਗੜ੍ਹ ਦਫ਼ਤਰ ਜਾ ਕੇ ਆ ਕੱਲ, ਉੱਥੇ ਸਾਡੀ ਟੀਮ ਨੂੰ ਮਿਲੋ, ਤੈਨੂੰ ਸਾਰਾ ਕੁਛ ਸਮਝਾਉਂਦੇ, ਤੇਰਾ ਇਹੀ ਕੇਸ ਲੱਗ ਜਾਣਾ। ਠੀਕ ਹੈ ਜੀ। ਇਹ ਪਹਿਲਾਂ ਨਾ ਤੂੰ ਆਮਦਨ ਦੇ ਪ੍ਰੂਫ ਨਹੀਂ ਲਾਏ ਤਾਂ ਰਿਫਿਊਜ਼ ਹੋਇਆ, ਇਹਨੂੰ ਆਮਦਨ ਦੇ ਪ੍ਰੂਫ ਲਾ, ਵੀਜ਼ਾ ਆ ਜਾਣਾ ਤੇਰਾ। ਠੀਕ ਹੈ ਠੀਕ ਹੈ ਜੀ। ਠੀਕ ਹੈ, ਐਵੇਂ ਪੈਸੇ ਨਾ ਖਰਾਬ ਕਰੀ, 8-9 ਹਜ਼ਾਰ ਰੁਪਈਆ ਲੱਗਣਾ ਵੀਜ਼ਾ ਆ ਜਾਣਾ। ਕੋਈ ਗੱਲ ਨਹੀਂ, ਤੂੰ ਸੁਬਹਾ ਇੱਕ ਵਾਰੀ ਨਾ ਦਫ਼ਤਰ ਜਾ ਕੇ ਆ ਸਾਡੇ। ਠੀਕ ਹੈ ਜੀ, ਉਹ ਤੈਨੂੰ ਡਿਟੇਲ 'ਚ ਸਮਝਾਊਗੇ, ਫਿਰ ਮੇਰੇ ਨਾਲ ਗੱਲ ਕਰੀ ਉੱਥੋਂ। ਵਿਨੇ ਬੋਲ ਰਿਹਾ ਜੀ, ਦੱਸੋ ਕੀ ਨਾਮ ਤੁਹਾਡਾ? ਹਾਂਜੀ ਵਿਨੇ ਜੀ, ਮੇਰਾ ਨਾਮ ਦਰਬਾਰਾ ਸਿੰਘ ਸੰਧੂ ਆ। ਹਾਂਜੀ ਸੰਧੂ ਸਾਹਿਬ, ਮੈਂ ਫਿਰੋਜ਼ਪੁਰ ਤੋਂ ਬੋਲ ਰਿਹਾ ਜੀ। ਸਰ ਹੁਕਮ ਕਰੋ ਜੀ, ਕੀ ਜਾਣਨਾ ਚਾਹੁੰਦੇ ਜੀ? ਇੱਕ ਮਿੰਟ ਜੀ, ਮੈਨੂੰ ਨਾ ਥੋੜੀ ਆਵਾਜ਼ ਨਹੀਂ ਕਲੀਅਰ ਆ ਰਹੀ, ਮੈਂ ਲਾ ਲਵਾਂ ਈਅਰਫੋਨ ਜੇ ਲਾ ਲਵਾਂ। ਹਾਂਜੀ ਸੋਰੀ ਜੀ, ਚਲੋ ਵੈਸੇ ਹੀ ਚੱਲਦੇ। ਹਾਂਜੀ ਹਾਂਜੀ, ਦਰਬਾਰਾ ਸਿੰਘ ਜੀ ਕੀ ਜਾਣਨਾ ਚਾਹੁੰਦੇ ਜੀ? ਹੈਲੋ 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 ਹਾਂਜੀ, ਵਿਨੇ ਹਰੀ ਸਰ? ਹਾਂਜੀ ਬੋਲੇ ਜੀ। ਹਾਂਜੀ ਸਰ, ਮੇਰਾ ਨਾਮ ਪਵਨਦੀਪ ਸਿੰਘ ਆ, ਮੈਂ ਬਰਨਾਲਾ ਤੋਂ ਗੱਲ ਕਰ ਰਿਹਾ ਸਰ। ਹਾਂਜੀ ਦੱਸੋ ਕੀ ਜਾਣਨਾ ਚਾਹੁੰਦੇ ਜੀ? ਹਾਂਜੀ ਸਰ, ਮੇਰੇ ਸਰ 7.5 ਬੈਂਡ ਨੇ ਜੀ। ਅੱਛਾ ਜੀ। ਹਾਂਜੀ ਸਰ, ਵੀ ਈਚ 6 ਤੋਂ ਵੀ ਅਬਵ ਨੇ ਗਏ, ਤੇ ਨਾ ਮੈਨੂੰ ਥੋੜੀ ਮਨੀ ਦੀ ਪ੍ਰੋਬਲਮ ਆ ਗਿਆ, ਵੀ ਕਵਰ ਆਈ ਆਫਟਰ ਪਲੱਸ 2 ਬੈਂਡ ਲਏ ਹੋਏ ਨੇ ਜੀ। ਅੱਛਾ ਜੀ, ਕੀ ਪ੍ਰੋਬਲਮ ਹੈ 10 ਮਨੀ ਦੀ? ਪ੍ਰੋਬਲਮ ਸਰ ਮਨੀ ਦੀ ਹੈਗੀ, ਮਨੀ ਨੀ ਉਹ ਇਕੱਠੀ ਕਰ ਸਕੇ, ਜਿਹੜਾ ਤੁਸੀਂ ਉਹ ਸਕੀਮ ਚਲਾਈ ਸੀਗੀ ਵੀ ਉਹ 3 ਲੱਖ ਵਾਲਾ ਪ੍ਰੋਸੀਜਰ, ਕਿ ਮੈਂ ਉਹ ਲੈ ਸਕਦਾ ਗਾ? ਤੂੰ ਮੋਂਟਰੀਅਲ ਦੇ ਵਿੱਚ ਅਪਲਾਈ ਕਰਨਾ ਹੈ। ਅੱਛਾ ਸਰ, ਕਾਲਜ ਦੀ ਫੀਸ 3 ਲੱਖ ਰੁਪਈਆ ਦੇਣੀ ਹੈ, ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਹੈ। ਅੱਛਾ, ਟੋਟਲ ਵੀ ਕੋਈ GIC ਵਗੈਰਾ ਕੁਛ ਵੀ ਨਹੀਂ ਹੋਰ ਹੋਏਗਾ? 3 ਲੱਖ ਰੁਪਈਆ ਕਾਲਜ ਦੀ ਫੀਸ ਹੈ 6 ਮਹੀਨਿਆਂ ਦੀ। ਠੀਕ ਹੈ ਸਰ, ਇਹ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਹੈ। GIC $10,000 ਤੈਨੂੰ ਅੱਡ ਭਰਨਾ ਪੈਣਾ। ਅੱਛਾ, GIC ਭਰਨਾ ਪੈਣਾ? GIC ਭਰਨਾ ਪੈਣਾ, $10,000 ਇੱਕ ਲੱਗਣਾ ਹੈ, ਅਤੇ 3 ਲੱਖ ਰੁਪਈਆ ਫੀਸ ਲੱਗਣੀ ਕਾਲਜ ਦੀ 6 ਮਹੀਨਿਆਂ ਦੀ, 2 ਮਹੀਨਿਆਂ 'ਚ ਤੇਰਾ ਵੀਜ਼ਾ ਆ ਜੂਗਾ, ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਹੈ। ਅੱਛਾ ਸਰ, ਠੀਕ ਹੈ। ਸਰ ਮੈਂ ਕਿੱਦਾਂ ਵਿਜ਼ਿਟ, ਕਿੱਥੇ ਵਿਜ਼ਿਟ ਕਰਾਂਗੇ? ਜਲੰਧਰ ਆ ਜਾ ਕੱਲ੍ਹ ਸੁਬਹਾ, ਜਾਣਾ ਹੈ। 6 ਇੰਚ ਬੈਂਡ ਹੋਣੇ ਚਾਹੀਦੇ ਤੇਰੇ। ਹਾਂਜੀ ਹਾਂ, 6 ਇੰਚ ਤੋਂ ਵੀ ਆਵਾਜ਼ ਬਣੇ। ਆ ਜਾ ਕੱਲ੍ਹ ਸੁਬਹਾ, ਆ ਜਾ, ਮੈਂ ਅਪਲਾਈ ਕਰ ਦਿੰਦਾ। ਹਾਂ, 6.5 ਇੰਚ ਮੰਨ ਕੇ ਚੱਲੋ। ਆ ਜਾ ਸੁਬਹਾ, ਆ ਜਾ, ਤੇਰਾ ਅਪਲਾਈ ਕਰ ਦਿੰਦੇ। ਓਕੇ ਸਰ, ਥੈਂਕ ਯੂ ਸਰ। ਥੈਂਕ ਯੂ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹੈਲੋ। ਹਾਂਜੀ ਵਿਨੇ ਬੋਲ ਰਿਹਾ ਜੀ, ਦੱਸੋ। ਹਾਂਜੀ ਕਰ ਰਹੇ ਜੀ, ਦੱਸੋ ਕੀ ਜਾਣਨਾ ਚਾਹੁੰਦੇ ਹੋ? ਸਰ ਜੀ, ਮੈਂ ਦਵਰਨਾ ਸਿੰਘ, ਓਪਨ ਵਿੱਚ ਕੀਤੀ ਆ ਪਲੱਸ ਟੂ। ਹਾਂਜੀ, ਕੋਈ ਗੱਲ ਨੀ, ਕਦੋਂ ਕੀਤੀ ਹੈ ਜੀ? 2017 ਓਪਨ ਤੇ ਪਲੱਸ ਟੂ ਓਪਨ ਤੇ 10ਵੀਂ। ਅੱਛਾ ਜੀ, ਬੈਂਡ ਕਿੰਨੇ ਤੁਹਾਡੇ? ਤੁਸੀਂ ਕਦੀ ਅੱਜ ਤੱਕ ਕੋਈ ਆਈਲਟਸ ਦਾ ਟੈਸਟ ਦਿੱਤਾ ਅੱਜ ਤੱਕ? ਨਹੀਂ, ਮੈਂ ਆਈਲਟਸ ਦਾ ਸਿੱਖਣ ਗਿਆ ਸੀਗਾ। ਹਾਂਜੀ, ਤੁਹਾਨੂੰ ਅੰਗਰੇਜ਼ੀ ਬੋਲਣੀ ਆਉਂਦੀ ਮਾੜੀ ਮੋਟੀ? ਉੱਥੇ ਪੜ੍ਹ ਸਕਦੇ ਜੇ ਜਾ ਕੇ? सर एक्चुअली क्या है सर, मैंने पहले तो सर डिप्लोमा किया था मैकेनिकल इंजीनियरिंग में। अच्छा जी। फिर उसके बाद सर मैंने जॉब किया था कंटिन्यू 8-9 ईयर। ओके। एंड देन उसके बाद मैंने बीटेक भी कर लिया सर, बीटेक कंप्लीट हो गया सर मेरा अभी। ओके। तो बीटेक करने के बाद भी 2-3 ईयर का कंटिन्यू एक्सपीरियंस है सर। ओके।
तो आईएलटीएस कुछ किया हुआ नहीं है सर, कोई ऑप्शन है सर यहाँ से जाने के लिए, बिकॉज कनाडा या ऑस्ट्रेलिया जाना चाहते हैं सर। सर आप आयल्स में 6 बैंड ले लो, वीजा की जिम्मेदारी हमारी रहेगी। तो सर किस में, मतलब आयल्स में जनरल में सर या एकेडमिक्स में सर? आपको आयल्स एकेडमिक में 6 बैंड लेने हैं, आपको कनाडा भेजा जाएगा पढ़ने के लिए। कितने साल का कोर्स रहेगा सर? 1 साल का कोर्स रहेगा, उसके बाद आप काम करेंगे, फिर आपकी पीआर हो जाएगी। पीआर हो जाएगी सर वहाँ पे? हाँ जी हो जाएगी। सर ये आपने बताया था कि जो विजिटर में है हम उसमें विदाउट आईएलटीएस भी जा सकते हैं सर? हाँ जी जा सकते हैं जी। तो सर हमारा विजिटर वीजा में नहीं लग सकता सर उसमें को ऑप्शन, उसके लिए आपके बिकॉज पिता आईएलटीएस में सर पिताजी कई बार की, 6 बैंड होता नहीं सर, कम हो जाएगा तो। आपके पिताजी की कितनी आमदन है? सर पिताजी की तो आमदनी मैं खुद ही कमाता हूँ सर, पिताजी तो पहले कमाते थे, अभी नहीं कमाते सर। भैया कम से कम 10 लाख रुपए आपकी आमदन होनी चाहिए साल की, अगर आपने विजिटर वीजा लेना है। सर 8-9 लाख तो है सर, 10 नहीं है सर। देख लीजिए अप्लाई करके, क्या पता लग जाए, चांसेस सर बहुत कम रहेंगे, चांस बहुत कम है सर, तो चांस कम मैं। रहेंगे जी। हाँ जी सत श्री अकाल सर। जी की नाम तोड़ा? हेलो जी की नाम मैडम तोड़ा? सहजपाल कौर सर। हाँ जी सहजपाल जी, की जानना चाहते जी? सर मैं ना पीटीई का एग्जाम दिता सी ना सर। हाँ जी। ओवरऑल 6 बने सी सर मेरे, लिसनिंग एंड स्पीकिंग चो 5.5 सी ते रीडिंग चो 6.5 ते एक चो 6 सी गे सर। ओके सर ऑस्ट्रेलिया दा हो सकदे? मैडम प्लस टू च किन्ने नंबर है तुहाडे? सर प्लस टू चो मेरे हैगे 73%। और प्लस टू कदों कीती तुसी? सर 2015। ਤੇ ਫਿਰ ਕੀ ਕੀਤਾ ਹੁਣ 4 ਸਾਲ ਤੁਸੀਂ? ਸਰ ਫਿਰ ਗ੍ਰੈਜੂਏਸ਼ਨ ਉਸ ਤੋਂ ਬਾਅਦ 2017 ਤੱਕ ਗ੍ਰੈਜੂਏਸ਼ਨ ਚੱਲੀ ਮੇਰੀ। ਹਾਂਜੀ ਗ੍ਰੈਜੂਏਸ਼ਨ 'ਚ ਕਿੰਨੇ ਨੰਬਰ ਨੇ ਤੁਹਾਡੇ? ਸਰ 65%। ਕਿੱਥੋਂ ਬੋਲਦੇ ਜੇ ਤੁਸੀਂ? ਸਰ ਉਸ ਤੋਂ ਬਾਅਦ ਮੈਂ ਥੋੜ੍ਹਾ ਟਾਈਮ ਮਤਲਬ ਕਿ 8 ਮੰਥ ਬੈਂਕੀ ਕੋਚਿੰਗ ਲਈ ਸੀ, ਦੈਨ ਆਇਲਸ ਟਰਾਈ ਕੀਤਾ, ਉਸ ਤੋਂ ਬਾਅਦ ਨਹੀਂ ਹੋਇਆ ਸਰ, 5.5 ਆ ਜਾਂਦੇ ਸੀ, ਹੁਣ ਦੈਨ ਸਰ ਪੀਟੀਏ ਦਿੱਤਾ ਜੀ। ਕਿੱਥੇ ਰਹਿੰਦੇ ਕਿੱਥੇ ਜੇ ਤੁਸੀਂ? ਸਰ ਬਠਿੰਡਾ। ਤੁਹਾਨੂੰ ਜਲੰਧਰ ਜਾਂ ਚੰਡੀਗੜ੍ਹ ਦਫ਼ਤਰ ਜਾਣਾ ਪੈਣਾ, ਅਸੀਂ ਤੁਹਾਨੂੰ 2 ਸਾਲ ਦਾ ਕੋਰਸ ਦਿਆਂਗੇ, ਤੁਸੀਂ ਮੈਲਬਰਨ ਮੈਲਬਰਨ ਜਾਂ ਸਿਡਨੀ ਜਾਓਗੇ ਪੋਸਟ ਗ੍ਰੈਜੂਏਸ਼ਨ ਲਈ। ਓਕੇ ਸਰ ਜੀ। 15 ਤੋਂ 20 ਲੱਖ ਰੁਪਏ ਦਾ ਖਰਚਾ ਆਉਣਾ ਜੀ ਸਾਰਾ। ਓਕੇ। 1 ਸਾਲ ਦੀ ਫੀਸ ਹੁੰਦੀ ਹੈ, ਇਹਦੇ ਵਿੱਚ ਇੰਸ਼ੋਰੈਂਸ ਹੁੰਦੀ ਹੈ ਔਰ ਤੁਹਾਡੀ ਟਿਕਟ ਹੁੰਦੀ ਹੈ, ਔਰ ਇਹ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ, ਪਹਿਲਾਂ ਕੋਈ ਪੈਸਾ ਨਹੀਂ ਦੇਣਾ। ਓਕੇ ਸਰ ਸ਼ੋਰ ਹੈ, ਮਤਲਬ ਹਾਂ ਜੀ ਹੋ ਮੈਲਬਰਨ ਤੋਂ ਜਾਏਗਾ, ਸਿਡਨੀ ਲੱਗ ਸਕਦਾ? ਹੋ ਜਾਏਗਾ, ਤੁਹਾਡੇ ਨੰਬਰ ਬਹੁਤ ਵਧੀਆ ਲੱਗ ਜਾਏਗਾ ਵੀਜ਼ਾ ਤੁਹਾਡਾ। ਵਿਦਆਊਟ ਐਲੀ ਕੋਈ ਐਲੀ ਨਹੀਂ ਲੱਗਣੀ ਤੁਹਾਡੇ, ਆਲਰੇਡੀ ਹੈਗੇ ਬੜੇ ਸੋਹਣੇ ਸਕੋਰ ਆ, ਲੱਗ ਜਾਏਗਾ ਵੀਜ਼ਾ ਤੁਹਾਡਾ। ਸਰ ਮੈਨੂੰ ਚੰਡੀਗੜ੍ਹ ਗੂਗਲ 'ਚ ਮੇਰਾ ਨਾਮ ਲਿਖੋ, ਚੰਡੀਗੜ੍ਹ 17 ਸੈਕਟਰ 'ਚ ਦਫ਼ਤਰ ਹੈ ਸਾਡਾ, ਉੱਥੇ ਵਿਜ਼ਿਟ ਕਰ ਲਓ ਤੁਸੀਂ। ਸਰ ਕਦੋਂ ਵੀ ਆ ਸਕਦੇ ਹਾਂ? ਐਨੀ ਟਾਈਮ, ਐਨੀ ਟਾਈਮ ਮੈਡਮ। ਓਕੇ ਸਰ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। हाँ जी सत श्री अकाल। हेलो, माफ़ी चाहवागे सारे तो, थोड़ी मेरे मोबाइल की भी बैटरी डाउन है, तो 10-15 मिनट तक दोबारा आने हैं। कॉल्स तुसी कंटिन्यू रखो, साड़ी कोशिश होएगी तुहाड़ियां कॉलों ने जवाब दईए, चार्ज करके मैं दोबारा लाइव तुहाडे नाल आना, बट तुसी कॉल्स कंटिन्यू रख सकते जी। धन्यवाद।